ਸਵਾਗਤ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਪ੍ਰਾਈਮੇਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਟਾਈਮ ਬਹੁਤ ਸਾਰੀਆਂ ਖਬਰਾਂ ਨੇ ਜਿਸ ਤੇ ਚਰਚਾ ਕਰਨੀ ਹੈ ਕਿਉਂਕਿ ਰਾਜਨੀਤੀ ਵਿੱਚ ਹਰ ਰੋਜ਼ ਕੁਛ ਨਾ ਕੁਛ ਵਾਪਰਦਾ ਰਹਿੰਦਾ ਜਿਹਦੇ ਤੇ ਗੱਲ ਕਰਨੀ ਵੀ ਜ਼ਰੂਰੀ ਹੁੰਦੀ ਹੈ ਸ਼ਰੋਮਣੀ ਅਕਾਲੀ ਦਲ ਦੀ ਵੀ ਅੱਜ ਗੱਲ ਕਰਾਂਗੇ ਮੁਕਤ ਤੌਰ ਤੇ ਕਿਉਂਕਿ ਬਹੁਤ ਸਾਰੇ ਲੀਡਰਾਂ ਨੇ ਇੱਕ ਦੂਸਰੇ ਦੇ ਉੱਪਰ ਦੋਸ਼ ਵੀ ਲਗਾਏ ਐ ਸ੍ਰੀ ਕਾਲ ਤੱਕ ਸਾਹਿਬ ਤੇ ਜਦੋਂ ਦਾ ਕੁਝ ਕ ਲੀਡਰਾਂ ਨੂੰ ਸਾਬਕਾ ਮੰਤਰੀਆਂ ਨੂੰ ਵਿਧਾਇਕਾਂ ਨੂੰ ਸੱਦਿਆ ਗਿਆ ਇੱਕ ਨਵੀਂ ਮੰਗ ਉੱਠਣੀ ਸ਼ੁਰੂ ਹੋ ਗਈ ਹੈ ਇਕ ਤਾਂ ਇਹ ਜਿਹੜੇ ਉਸ ਵੇਲੇ ਦੇ ਜਥੇਦਾਰ ਸੀ ਕਿ ਉਹਨਾਂ ਨੂੰ ਸਦਿਆ ਜਾਵੇਗਾ ਅੱਜ ਦਿੱਲੀ ਤੋਂ ਕੁਝ ਕੇ ਲੀਡਰਾਂ ਨੇ ਦੋਸ਼ ਲਗਾਏ ਹੈ ਕੁਝ ਕ ਨਾਮ ਸਾਹਮਣੇ ਲਿਆਂਦੇ ਆ ਕਿ ਇਹਨਾਂ ਤੋਂ ਵੀ ਪੁੱਛ ਪੜਤਾਲ ਹੋਣੀ ਚਾਹੀਦੀ ਹੈ ਇਹ ਕਹਾਣੀ ਕਿੱਧਰ ਨੂੰ ਜਾਵੇਗੀ ਕਿਉਂਕਿ ਮਾਮਲਾ ਗੁੰਝਲਦਾਰ ਬਣਦਾ ਜਾ ਰਿਹਾ ਹੈ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਹੂਰਾ ਲਈ ਫੈਸਲਾ ਉਹਨਾਂ ਨੇ ਦੇਣਾ ਪੰਜ ਸਿੰਘ ਸਹਿਬਾਨ ਕੀ ਫੈਸਲਾ ਲੈਣਗੇ ਇੱਥੇ ਵੀ ਨਜ਼ਰਾਂ ਟਿਕੀਆਂ ਪਰ ਜਦੋਂ ਇੱਕ ਇੱਕ ਕਰਕੇ ਲੀਡਰ ਉੱਥੇ ਪਹੁੰਚ ਰਹੇ ਆ ਤੇ ਨਵੇਂਆਂ ਨੂੰ ਬੁਲਾਉਣ ਦੀ ਗੱਲ ਕਹੀ ਜਾ ਰਹੀ ਹੈ ਸਰਨਾ ਸਾਹਿਬ ਦੀ ਇਹਦੇ ਵਿੱਚ ਐਂਟਰੀ ਹੁੰਦੀ ਹੈ ਤੇ ਗੱਲ ਕਿਸੇ ਹੋਰ ਪਾਸੇ ਜਾਂਦੀ ਹੈ ਕਿ ਜਲਦੀ ਕੋਈ ਨਾ ਕੋਈ ਫੈਸਲਾ ਲਿਆ ਜਾ ਸਕਦਾ ਹੈ ਸਵਾਲ ਬਹੁਤ ਵੱਡਾ ਹੈ ਚਰਚਾ ਕਰਾਂਗੇ ਚਰਚਾ ਵਿਕਰਮ ਸਿੰਘ ਮਜੀਠੀਆ ਦੀ ਵੀ ਕਰਨੀ ਹੈ ਮਜੀਠੀਆ ਸਾਹਿਬ ਇੱਕ ਕੇਸ ਦੇ ਵਿੱਚ ਫਸੇ ਹੋਏ ਨੇ ਮਾਮਲਾ ਹੈਗਾ ਨਸ਼ਿਆਂ ਦਾ ਕਿਹੜਾ ਐਡਾ ਚੱਲਦਾ ਹੈ 2014 ਦੇ ਵਿੱਚ ਜਦੋਂ ਇਹ ਦੋਸ਼ ਲੱਗੇ ਸੀ ਜਗਦੀਸ਼ ਭੋਲੇ ਨੇ ਵਿੱਚ ਨਾਮ ਲਿਆ ਤਾਂ ਸੀ ਵਿਕਰਮ ਸਿੰਘ ਮਜੀਠੀਆ ਦਾ ਹੋਰ ਵੀ ਕਈ ਅਕਾਲੀ ਦਲ ਦੇ ਲੀਡਰਾਂ ਦਾ ਅੰਮ੍ਰਿਤਸਰ ਵਾਲੇ ਪਾਸਿਓਂ ਫੜੇ ਵੀ ਗਏ ਸੀਗੇ ਮਾਮਲਾ ਉਦੋਂ ਦਾ ਚੱਲਦਾ ਹੈ 2021 ਦੇ ਵਿੱਚ ਜਦੋਂ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਚੰਨੀ ਸਾਹਿਬ ਦੀ ਸਰਕਾਰ ਸੀ ਮੁਜੀਠੀਆ ਸਾਹਿਬ ਕਹਿੰਦੇ ਇਹ ਤਾਂ ਜਾਣ ਬੁੱਝ ਕੇ ਸਿਆਸੀ ਕੀੜਾ ਕੱਡੀਆਂ ਜਾ ਰਹੀਆਂ ਨੇ ਉਹ ਮਾਮਲੇ ਦੀ ਜਾਂਚ ਅੱਗੇ ਵੱਲ ਵਧਦੀ ਗਈ ਵਧਦੀ ਗਈ ਭਾਵੇਂ ਵਿੱਚੋਂ ਕੁਝ ਨਿਕਲਿਆ ਨਹੀਂ ਮੁਜੀਠੀਆ ਸਾਹਿਬ ਕਹਿੰਦੇ ਨੇ ਅੱਜ ਈਡੀ ਦੀ ਐਂਟਰੀ ਹੁੰਦੀ ਹੈ ਹੁਣ ਈਡੀ ਇਸ ਮਾਮਲੇ 'ਚ ਪੁੱਛਗਿੱਛ ਕਰੇਗੀ ਕੋਈ ਕਹਿੰਦਾ ਜੀ ਪੰਜਾਬ ਸਰਕਾਰ ਨੇ ਜਾਂਚ ਟੀਡੀ ਨੂੰ ਸੌਂਪੀ ਹੈ ਹੁਣ ਇਹ ਈਹੀ ਹੈ ਜਿਹਦੇ ਖਿਲਾਫ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਕਿ ਇਹ ਤਾਂ ਕੇਜਰੀਵਾਲ ਨਾਲ ਧੱਕਾ ਕਰ ਰਹੇ ਨੇ ਇਹ ਤਾਂ ਸੰਜੀਤ ਸਿੰਘ ਹੁਰਮਾਂ ਧੱਕਾ ਕੀਤਾ ਇਹਨਾਂ ਨੇ ਇਹਨਾਂ ਨੇ ਮਨੀਸ਼ ਜਸੋਧੀਆਂ ਨੂੰ ਧੱਕਾ ਕੀਤਾ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਲੀਡਰਾਂ ਲਈ ਵਰਤੀਆਂ ਗਈਆਂ ਪਰ ਹੁਣ ਜਦੋਂ ਜਾਂਚ ਨੋ ਸੌ ਪਈ ਗਈ ਹੈ ਤੇ ਵਿਕਰਮ ਸਿੰਘ ਮਜੀਠੀਆ ਦਾ ਬਿਆਨ ਵੀ ਧਿਆਨ ਮੰਗਦਾ ਗੱਲ ਉਹਦੀ ਵੀ ਕਰਨੀ ਹੈ ਗੱਲਬਾਤ ਅੱਗੇ ਤੋਰਾਂਗੇ ਪੰਜਾਬ ਦੀ ਸਿਆਸਤ ਦੀ ਵੀ ਕਰਨੀ ਹੈ ਕਿਉਂਕਿ ਇਸ ਵੇਲੇ ਸਿਆਸਤ ਵਿੱਚ ਬਹੁਤ ਸਾਰੇ ਨਵੇਂ ਖੁਲਾਸੇ ਹੋ ਰਹੇ ਆ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਦੋਸ਼ ਹਰਜੋਤ ਸਿੰਘ ਬੈਂਸ ਤੇ ਉਹਨਾਂ ਦੀ ਧਰਮ ਪਤਨੀ ਤੇ ਕੁਸ਼ਕ ਲੱਗੇ ਆ ਮਜੀਠੀਆ ਸਾਹਿਬ ਨੇ ਲਗਾਏ ਸੀ ਉਸ ਤੋਂ ਬਾਅਦ ਇਹ ਜਾਂਚ ਕੇਵਲ ਤੋਰੀ ਹੈ ਇਹ ਸਾਰੀਆਂ ਖਬਰਾਂ ਤੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਮਲਕਾਡਨ ਖੜਗੇ ਦੀ ਵੀ ਗੱਲ ਕਰਨੀ ਜਿਹੜੇ ਕਹਿੰਦੇ ਕਿ 20 ਸੀਟਾਂ ਹੋਰ ਆ ਜਾਂਦੀਆਂ ਤਾਂ ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰ ਜੇਲ੍ਹ ਦੇ ਵਿੱਚ ਹੁਣੇ ਸੀ ਇਹ ਕਈ ਲੀਡਰ ਦਾ ਮਤਲਬ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਸੀਨੀਅਰ ਲੀਡਰ ਉਹਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਵੀ ਹੈ ਗ੍ਰਹਿ ਮੰਤਰੀ ਸਾਹਿਬ ਵੀ ਹੈ ਉਹਦੇ ਵਿਦੇਸ਼ ਮੰਤਰੀ ਵੀ ਹੈ ਉਹਦੇ ਵਿੱਚ ਖਜ਼ਾਨਾ ਮੰਤਰੀ ਵੀ ਆਉਂਦੇ ਹੋਰ ਵੀ ਬਹੁਤ ਸਾਰੇ ਆਉਂਦੇ ਆ ਪਰ ਇਹ ਕਹਿਣ ਦੀ ਜ਼ਰੂਰਤ ਕਿਉਂ ਪੈ ਗਈ ਰਾਹੁਲ ਗਾਂਧੀ ਦੇ ਬਿਆਨ ਚੋਂ ਜੇ ਨਿਕਲਿਆ ਨਹੀਂ ਕੁਝ ਵੀ ਰਾਹੁਲ ਗਾਂਧੀ ਦੇ ਬਿਆਨ ਕਰਕੇ ਅਜੇ ਖਲਾਰਾ ਜਿਹਾ ਪੈਂਦਾ ਨਜ਼ਰ ਆ ਰਿਹਾ ਪਰ ਇਸ ਤਰ੍ਹਾਂ ਦੇ ਬਿਆਨ ਦੇ ਕੇ ਕੀ ਮੂੜਾ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਸਾਰੀਆਂ ਖਬਰਾਂ ਦੇਖ ਕੇ ਕਰਕੇ ਚਰਚਾ ਕਰਦੇ ਹਾਂ ਸ਼ੁਰੂਆਤ ਵਿਕਰਮ ਸਿੰਘ ਮਜੀਠੀਆ ਤੋਂ ਕਰਦੇ ਹਾਂ ਕਹਿੰਦੇ ਆ ਕਿ 436 ਕਰੋੜ ਰੁਪਏ ਦੀ ਜਾਇਦਾਦ ਦਾ ਹਿਸਾਬ ਕਿਤਾਬ ਈਡੀ ਨੇ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਮਾਮਲੇ ਦੇ ਵਿੱਚ ਮੰਗਿਆ ਜੇਕਰ ਇਹ ਬਿਲਕੁਲ ਗੱਲ ਸਹੀ ਹੈ ਜੇਕਰ ਅਧਿਕਾਰਿਕ ਤੌਰ ਤੇ ਇਸ ਤਰ੍ਹਾਂ ਹੈਗਾ ਤਾਂ ਫਿਰ ਕੁਝ ਕੁ ਵੇਰਵੇ ਨੇ ਇੱਕ ਤਾਂ ਕਹਿੰਦੇ ਕਿ ਐਫਆਈਆ ਦਾ ਵੇਰਵਾ ਦਿਓ ਐਫਆਈਆਰ ਦਾ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਾਂਚ ਦੀ ਸਥਿਤੀ ਕੀ ਹੈ ਕਿੱਥੇ ਗੱਲ ਪਹੁੰਚੀ ਹੈ ਇਹਦੇ ਬਾਰੇ ਵੀ ਦੱਸਿਆ ਜਾਵੇ ਤੀਸਰੀ ਗੱਲ ਅਹਿਮ ਹੈ ਉਹ ਕਹਿੰਦੇ ਨੇ ਕਿ ਗਵਾਹਾਂ ਦੇ ਬਿਆਨਾਂ ਦੇ ਬਾਰੇ ਇਸ ਤੋਂ ਇਲਾਵਾ 284 ਖਾਤਿਆਂ ਦਾ ਵੇਰਵਾ ਕਰੋੜਾਂ ਦੀ ਬੇਸਹਬ ਨਕਦੀ ਜੋ ਵੱਖ-ਵੱਖ ਖਾਤਿਆਂ ਦੇ ਵਿੱਚ ਜਮ੍ਹਾਂ ਹੋਈ ਹੈ ਉਹਦੇ ਬਾਰੇ ਜਾਣਕਾਰੀ ਮੰਗੀ ਗਈ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਉਹਨਾਂ ਦੀਆਂ ਪਰਿਵਾਰਕ ਫਰਮਾਂ ਤੇ ਮੈਂਬਰਾਂ ਦੇ ਆਰਓਸੀ ਰਿਕਾਰਡ ਤੇ ਆਈਟੀਆਰ ਦੀ ਕਾਪੀ ਕਿਉਂਕਿ ਉਹਨਾਂ ਦੀ ਆਮਦਨ ਕੀਤੀ ਗਈ ਜਾਇਦਾਦ ਤੇ ਖਰਚੀਆਂ ਤੋਂ ਘੱਟ ਸੀ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਵਿੱਤੀ ਦਸਤਾਵੇਜ਼ ਮੰਗਿਆ ਉਦਯੋਗ ਅਤੇ ਸੰਬੰਧਿਤ ਫਰਮਾਂ ਜਿਹੜੀਆਂ ਜ਼ਮੀਨੀ ਰਿਕਾਰਡ ਵਿੱਤੀ ਮਹਰਦੀ ਰਿਪੋਰਟ ਹੋਰ ਵੀ ਕਈ ਚੀਜ਼ਾਂ ਨੇ ਜਿਹੜੀਆਂ ਇਸ ਦੇ ਵਿੱਚ ਮੰਗੀਆਂ ਗਈਆਂ ਨੇ ਐਂਟਰੀ ਹੋ ਗਈ ਹੈ ਵਿਕਰਮ ਸਿੰਘ ਮਜੀਠੀਆ ਦੀਆਂ ਕੀ ਮੁਸ਼ਕਲਾ ਬਣ ਗਈਆਂ ਮਜੀਠੀਆ ਸਾਹਿਬ ਸੋਸ਼ਲ ਮੀਡੀਆ ਤੇ ਹੁੰਦੇ ਨੇ ਇੱਕ ਵੀਡੀਓ ਪੋਸਟ ਕਰਦੇ ਆ ਉਹ ਕਹਿੰਦੇ ਜੀ ਦਰਸਾਲ ਐਸਆਈਟੀ ਦਾ ਬਹੁਤ ਬਣੀਆ ਜਾਂਚ ਵੀ ਹੋਈ ਐ 2.5 ਸਾਲ ਦੇ ਕਾਰਜਕਾਲ ਦੇ ਵਿੱਚ ਹੀ 5 ਐਸਆਈਟੀ ਬਣਾ ਲੀਆਂ ਚਲਾਨੀ ਪੇਸ਼ ਕਰ ਸਕਿਆ ਕਹਿੰਦੇ ਕੋਈ ਵੀ ਮੇਰੇ ਖਿਲਾਫ ਜਾਂ ਤਾਂ ਇਹਨਾਂ ਦੇ ਹੱਥ ਖਾਲੀ ਐ ਇਹਨਾਂ ਦੇ ਕੋਲ ਕੋਈ ਸ਼ੈਨਿੰਗ ਆ ਤੇ ਮੈਨੂੰ ਐਵੇਂ ਭੰਡੀ ਪ੍ਰਚਾਰ ਕਰਕੇ ਮੇਰੇ ਖਿਲਾਫ ਪ੍ਰਚਾਰ ਫਲਾਇਆ ਜਾ ਰਿਹਾ ਝੂਠਾ ਫਿਰ ਉਹ ਕਹਿੰਦੇ ਐ ਕੀ ਕੇਸ ਈਡੀ ਨੂੰ ਦਿੱਤਾ ਹੁਣ ਤੇ ਜਿਹਨੂੰ ਦਿਨ ਰਾਤ ਆਮ ਆਦਮੀ ਪਾਰਟੀ ਵਾਲੇ ਗਾਲਾਂ ਕੱਢਦੇ ਆ ਇਹਦਾ ਮਤਲਬ ਕੀ ਹੋਇਆ ਕੇਸ ਦੇਣ ਦਾ ਇਹ ਵਿਕਰਮ ਸਿੰਘ ਮਜੀਠੀਆ ਨੇ ਆਪਣੀ ਵੀਡੀਓ ਦੇ ਵਿੱਚ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਇੱਥੋਂ ਤੱਕ ਵੀ ਕਹਿੰਦਾ ਕਿ ਸਥਿਤੀ ਤਾਂ ਹਾਰਨਜੀਤ ਵਾਲੀ ਹੋ ਗਈ ਆ ਇਹ ਸਾਰੀਆਂ ਗੱਲਾਂ ਕਹਿ ਕੇ ਦਿਲ ਦੀ ਪੜਾਹ ਸ ਮਜੀਠੀਆ ਸਾਹਿਬ ਨੇ ਵੀ ਕੱਢੀ ਆ ਪਰ ਇਹਦੇ ਵਿੱਚ ਸੱਚ ਸਾਹਮਣੇ ਆਉਣਾ ਚਾਹੀਦਾ ਜੋ ਕੁਝ ਨਸ਼ੀਆਂ ਦੇ ਮਾਮਲੇ ਦੇ ਵਿੱਚ ਹੋਇਆ ਜਿੰਨੇ ਕ ਪੰਜਾਬ ਦੇ ਵਿੱਚ ਮਾਵਾ ਦੇ ਪੁੱਤ ਇਸ ਦੁਨੀਆ ਤੋਂ ਚਲੇ ਗਏ ਇਹਦਾ ਸੱਚ ਤਾਂ ਸਾਹਮਣੇ ਆਉਣਾ ਚਾਹੀਦਾ ਹੀ ਹੈ ਹੁਣ ਇਸ ਮਾਮਲੇ 'ਚ ਇਹ ਨਹੀਂ ਕਿ ਪਹਿਲੀ ਵਾਰ ਗੱਲ ਹੋਈ ਹੋਵੇ ਇਸ ਮਾਮਲੇ 'ਚ ਕਈ ਵਾਰ ਪਹਿਲਾਂ ਵੀ ਖਬਰਾਂ ਆਈਆਂ ਕਈ ਵਾਰ ਜਾਂਚ ਬਿਠਾਈ ਗਈ ਕਮੇਟੀਆਂ ਬਣੀਆਂ ਗਈਆਂ ਐਸਆਈਟੀ ਬਣਾ ਦਿੱਤੀਆਂ ਗਈਆਂ ਕਈ ਐਸਆਈਟੀ ਦੇ ਇਸ ਤਰ੍ਹਾਂ ਦੇ ਵੀ ਅਧਿਕਾਰੀ ਸੀ ਜਿਹੜੇ ਇੱਕ ਦੂਸਰੇ ਦੇ ਕਰੀਬੀ ਵੀ ਰਹੇ ਆ ਸਿਆਸਤਦਾਨਾਂ ਦੀ ਗੱਲ ਕੀਤੀ ਜਾ ਰਹੀ ਉਹਨਾਂ ਦੇ ਕਰੀਬੀ ਵੀ ਰਹੇ ਆ ਜਾਂਚ ਕੇਵਲ ਵਧੀ ਨਹੀਂ ਮੌਜੂਦਾ ਸਮਝਦੀ ਸਰਕਾਰ ਕਹਿੰਦੀ ਰਹੀ ਹੈ ਕਿ ਅਸੀਂ ਜਾਂਚ ਕਰਾਂਗੇ ਜਾਂ ਚੱਲਦੀ ਪਈ ਅਸੀਂ ਨਹੀਂ ਕਹਿੰਦੇ ਕਿ ਜਾਂਚ ਨਹੀਂ ਹੁੰਦੀ ਜਾਂਚ ਚੱਲਦੀ ਪਈ ਹੈ ਪਰ ਕਿਸੇ ਤਣਪਤ ਨੇ ਗੱਲ ਲੱਗੂਗੀ ਜਾਂ ਫਿਰ ਨਹੀਂ ਕਮੇਟੀਆਂ ਤਾਂ ਬਣਾ ਦਿੱਤੀਆਂ ਜਾਂਦੀਆਂ ਕਮੇਟੀਆਂ ਦਾ ਅੱਧਾ ਕੰਮ ਹੀ ਕਮੇਟੀ ਕਰਨਾ ਹੁੰਦਾ ਤੇ ਹੁਣ ਵਿਕਰਮ ਸਿੰਘ ਮਜੀਠੀਆ ਇਸ ਮਾਮਲੇ ਵਿੱਚ ਜੇਕਰ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਤੇ ਦੋਸ਼ ਲਗਾ ਰਹੇ ਕਿ ਹੱਥ ਖਾਲੀ ਐ ਕੁਝ ਜਾਂਚ ਦੇ ਵਿੱਚ ਹੱਥ ਪੱਲੇ ਪਿਆ ਨਹੀਂ ਇਸ ਕਰਕੇ ਪਰ ਗੱਲ ਉਦੋਂ ਤੱਕ ਵੀ ਉਧਰ ਵੀ ਜੁੜਦੀ ਹੈ ਜਦੋਂ ਨਰਿੰਦਰ ਸਿੰਘ ਉਹਦੇ ਇਸ ਮਾਮਲੇ ਦੀ ਜਾਂਚ ਕਰ ਰਹੇ ਸੀ ਉਹਨਾਂ ਦੇ ਸਾਹਮਣੇ ਕਈਆਂ ਨੇ ਨਾਮ ਲਿਆ ਸੀ ਵਿਕਰਮ ਸਿੰਘ ਮਜੀਠੀਆ ਦਾ ਕਹਿੰਦੇ ਤੇ ਕਈ ਜਣੇ ਫੜ ਵੀ ਹੋ ਗਏ ਸੋ ਕੁੱਲ ਮਿਲਾ ਕੇ ਇਸ ਮਾਮਲੇ ਦੇ ਵਿੱਚ ਈਡੀ ਦੀ ਐਂਟਰੀ ਦੱਸਿਆ ਗਿਆ ਕਿ ਐਸੇ ਕਰਕੇ ਹੋਈ ਹੈ ਕਿ ਮਾਮਲੇ ਦਾ ਵੇਰਵਾ ਜਿਹੜਾ ਉਹ ਸਾਹਮਣੇ ਆਉਣਾ ਚਾਹੀਦਾ ਵਿਕਰਮ ਸਿੰਘ ਮਜੀਠੀਆ ਜੇਕਰ ਗੱਲ ਕਰੀਏ ਤਾਂ ਇਹਨਾਂ ਨੇ ਦੋਸ਼ ਪਹਿਲਾਂ ਵੀ ਲਾਇਆ ਸੀ ਚਰਨਜੀਤ ਸਿੰਘ ਚੰਨੀ ਜੋ ਸਰਕਾਰ ਸੀ ਕਹਿੰਦੇ ਕਿ ਮੈਨੂੰ ਜਾਣਬੁੱਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਜਿੰਨੀ ਵਾਰੀ ਵੀ ਜਾਂਚ ਵਿੱਚ ਸ਼ਾਮਲ ਹੋਣ ਨੂੰ ਕਿਹਾ ਮੈਂ ਕਹਿੰਦੇ ਜਾਂਚ ਵਿੱਚ ਸ਼ਾਮਲ ਵੀ ਹੋਇਆ ਚੰਨੀ ਸਾਹਿਬ ਦੇ ਹੱਥ ਕੁਝ ਨਹੀਂ ਲੱਗਾ ਸੀਗਾ ਹੁਣ ਵੀ ਨਹੀਂ ਲੱਗਦਾ ਪਿਆ ਪੰਜਾਬ ਸਰਕਾਰ ਚਲਾਨ ਵੀ ਨਹੀਂ ਪੇਸ਼ ਕਰ ਸਕੀ ਨਸ਼ਿਆਂ ਦੇ ਇਲਜ਼ਾਮ ਲੱਗੇ ਨੂੰ 11 ਸਾਲ ਹੋ ਗਏ ਨੇ ਜੇ ਇੰਨਾ ਲੰਬਾ ਸਮਾਂ ਹੋ ਗਿਆ ਤੇ ਇੰਨੇ ਸਮੇਂ ਦੇ ਵਿੱਚ ਕੁਝ ਵੀ ਹੱਥ ਨਹੀਂ ਲੱਗਿਆ ਤਾਂ ਫਿਰ ਆਉਣ ਵਾਲੇ ਸਮੇਂ 'ਚ ਕੀ ਕੀਤਾ ਜਾਵੇਗਾ 20 ਦਸੰਬਰ 2021 ਨੂੰ ਵੀ ਜਦੋਂ ਇਸ ਮਾਮਲੇ ਵਿੱਚ 5 ਧਾਰਾ ਲਾ ਕੇ ਮਜੀਠੀਆ ਸਾਹਿਬ ਦੇ ਉੱਪਰ ਕਾਰਵਾਈ ਕੀਤੀ ਗਈ ਸੀ ਕੁਝ ਨਹੀਂ ਬਣਦਾ ਪਿਆ ਅਜੇ ਤੱਕ ਵੀ ਨਜ਼ਰ ਨਹੀਂ ਆ ਰਿਹਾ ਆਉਂਦੇ ਦਿਨਾਂ ਨੂੰ ਕੀ ਬਣਦਾ ਇਹ ਸਮਾਂ ਦੱਸੇਗਾ ਪਰ ਇੰਨਾ ਜ਼ਰੂਰ ਹੈ ਅਗਲੇ ਕਹਿੰਦੇ ਕਿ ਮੈਂ ਨਾ ਦੋਸ਼ ਲਗਾਏ ਸੀ ਕੁਝ ਉਹ ਦੋਸ਼ ਲਾਇਆ ਸੀ ਹਰਜੋਤ ਸਿੰਘ ਬੈਸਤ ਦੇ ਉੱਪਰ ਉਹਨਾਂ ਦੀ ਧਰਮ ਪਤਨੀ ਦੇ ਉੱਪਰ ਕਿ ਉਹ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਕਾਲ ਸੈਂਟਰ ਨੇ ਉਹਨਾਂ ਤੋਂ ਫੰਡਿੰਗ ਹੋਈ ਹੈ ਹੁਣ ਇਹ ਦੋਸ਼ ਬਹੁਤ ਵੱਡਿਆ ਹੈ ਕਿਉਂਕਿ 100 ਕਰੋੜ ਰੁਪਏ ਦੀ ਸਾਈਬਰ ਠੱਗੀ ਦੇ ਇਲਜ਼ਾਮਾਂ ਦੇ ਵਿੱਚ ਇਹ ਮਾਮਲਾ ਕਿਰਦਾਰ ਹੈ ਅਸੀਂ ਫਿਰ ਕਹਿੰਨੇ ਆ ਮਾਮਲਾ ਗੰਭੀਰ ਹੈ ਇਹਦੀ ਜਾਂਚ ਹੋਣੀ ਚਾਹੀਦੀ ਹੈ ਬੈਂਸ ਸਾਹਿਬ ਨੇ ਭਾਵੇਂ ਪਿਛਲੇ ਦਿਨੀ ਕਿਹਾ ਸੀ ਕਿ ਮਾਨਹਾਨੀ ਦਾ ਨੋਟਿਸ ਜਾਰੀ ਕਰਨਾ ਹੈ ਮਾਨਹਾਨੀ ਦਾ ਨੋਟਿਸ ਭੇਜਣਾ ਚਲੋ ਅਜੇ ਤੱਕ ਭੇਜਿਆ ਨਹੀਂ ਕਿਸੇ ਨੂੰ ਪਰ ਉਹਨਾਂ ਦੀ ਪਤਨੀ ਜੋਤੀ যাদਬ ਹੈ ਉਹਨਾਂ ਦੇ ਖਿਲਾਫ ਤਿੰਨ ਮੈਂਬਰੀ ਐਸਟੀਟੀ ਜਾਂਚ ਕਰੇਗੀ ਇਹਦੇ ਵਿੱਚ ਡੀਜੀਪੀ ਗੌਰਵ ਜੱਦਵ ਵੱਲੋਂ ਜਿਹੜੀ ਕਮੇਟੀ ਬਣਾਈ ਗਈ ਹੈ ਉਹਦੇ ਵਿੱਚ ਏਡੀਜੀਪੀ ਵੀ ਨੀਰਜਾ ਆਈਜੀਪੀ ਧਨਪ੍ਰੀਤ ਗੌਰ ਐਸਐਸਪੀ ਮੋਹਾਲੀ ਦੀਪਕ ਪਾਰਿਕ ਉਹਨਾਂ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਅਫਸਰ ਤਾਂ ਚਲੋ ਸਾਰੇ ਕਹਿੰਦੇ ਵਧੀਆ ਸੁਣਨੇ ਵਿੱਚ ਮਿਲਿਆ ਵਧੀਆ ਸਾਰੇ ਸਰਟੀਫਿਕੇਟ ਤਾਂ ਕਿਉਂਕਿ ਕਿਸੇ ਨੂੰ ਦਿੱਤਾ ਨਹੀਂ ਜਾ ਸਕਦਾ ਪਰ ਜੇਕਰ ਇਹ ਸਾਰੇ ਵਧੀਆ ਨੇ ਤਾਂ ਇਹ ਕੀ ਜਾਂਚ ਕਿਸੇ ਪਾਸੇ ਲਾਉਣਗੇ ਮਾਮਲਾ ਸੀ ਫਿਰ ਕਿੰਨਾ ਗੰਭੀਰ ਹੈ ਆਮ ਆਦਮੀ ਪਾਰਟੀ ਦੇ ਕੁਝ ਕੁ ਸਿਆਸਦਾਨਾਂ ਉੱਪਰ ਪਹਿਲਾਂ ਵੀ ਦੋਸ਼ ਲੱਗਿਆ ਕਿਸੇ ਤੇ ਲੱਗਿਆ ਕਿ 1% ਦੀ ਕਮਿਸ਼ਨ ਲਿਆ ਕਿਸੇ ਦੀਆਂ ਗਰਾਰੀਆਂ ਅੜ ਗਈਆਂ ਮਾਮਲਾ ਦਰਜ ਉਹਨਾਂ ਤੇ ਨਹੀਂ ਹੋਇਆ ਫੌਜਾ ਸਿੰਘ ਸਰਾਰੀ ਦੇ ਮਾਮਲੇ ਵਿੱਚ ਕੀ ਹੋਇਆ ਸੀ ਐਨਾ ਰੋਲਾ ਪਿਆ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਮ ਤਾਂ ਹੋਰ ਵੀ ਕਈ ਮੰਤਰੀਆਂ ਦਾ ਵਿਧਾਇਕਾਂ ਦਾ ਆ ਰਹੇ ਹਨ ਕਿ ਉਹਨਾਂ ਦੇ ਖਿਲਾਫ ਵੀ ਕੋਈ ਜਾਂਚ ਕੀਤੀ ਜਾਵੇਗੀ ਜਾਂ ਫਿਰ ਨਹੀਂ ਇੱਥੋਂ ਤੱਕ ਕਿ ਕਈ ਹਲਕਾ ਪ੍ਰਧਾਨ ਦਾ ਨਾਮ ਵੀ ਆ ਰਿਹਾ ਜਾਂਚ ਤਾਂ ਉਹਨਾਂ ਦੇ ਖਿਲਾਫ ਵੀ ਕਰਨੀ ਬਣਦੀ ਹੈ ਕਿਸੇ ਪਾਸੇ ਲੱਗੀ ਤਾਂ ਨਹੀਂ ਜਿਨ੍ਹਾਂ 'ਚ ਜਾਂਚ ਕੀਤੀ ਵੀ ਹੈ ਮਾਈਨਿੰਗ ਦੇ ਵਿੱਚ ਕਈਆਂ ਦਾ ਨਾਮ ਸਾਹਮਣੇ ਆ ਰਿਹਾ ਹੈ ਕਟਾਰੂ ਚੱਕ ਤੇ ਮਾਮਲਾ ਦਰਸੀ ਜਾਂਚਤਾ ਕੀ ਬਣਿਆ ਅੱਜ ਤੱਕ ਵਿਰੋਧੀ ਪੁਛਤੇ ਪਏ ਆ ਬਹੁਤ ਸਾਰੇ ਹੋਰ ਵੀ ਸਿਆਸਤਦਾਨ ਨੇ ਹੁਣ ਜੇਕਰ ਇਹ 100 ਕਰੋੜ ਦੇ ਕਪੜੇ ਦਾ ਦੋਸ਼ ਲੱਗਿਆ ਸਾਈਬਰ ਠਗੀ ਦਾ ਮਾਮਲਾ ਸਾਹਮਣੇ ਆਇਆ ਵਿਰੋਧੀ ਧਿਰ ਦੇ ਕੁਝ ਕੁ ਲੀਡਰ ਨੇ ਜਿਹੜੇ ਕਹਿੰਦੇ ਸੀ ਸਵਾਗਤ ਕਰਦੇ ਚਾਹੇ ਖੈਰਾ ਸਾਹਿਬ ਹੁਣ ਚਾਹੇ ਹੋਰ ਲੀਡਰ ਹੋਣ ਉਹ ਕਹਿੰਦੇ ਸੀ ਜਾਂਚ ਦਾ ਸਵਾਗਤ ਕਰਦੇ ਜਾਂਚ ਹੁਣੀ ਬਚਾਈਦੀ ਆ ਪਰ ਮਸਲਾ ਇਹ ਹੈ ਕਿ ਜਿਨ੍ਹਾਂ ਨੇ ਇਹ ਦੋਸ਼ ਲਗਾਇਆ ਇੰਸਪੈਕਟਰ ਅਮਨਜੀਤ ਕੌਰ ਜਨਵਰੀ ਮਹੀਨੇ ਵਿੱਚ ਜ਼ਿਲ੍ਹਾ ਸਾਈਬਰ ਸੈੱਲ ਦੀ ਇੰਚਾਰਜ ਵੱਲੋਂ ਤਾਇਨਾਤੀ ਪਰ ਹੁਣ ਉਹ ਪੁਲਿਸ ਲਾਈਨ ਦੇ ਵਿੱਚ ਹੈ ਨੌ ਜਰਵਨੀ ਨੂੰ ਜਦੋਂ ਜਿਲ੍ਹਾ ਸਾਈਬਰ ਸੈੱਲ ਦੀ ਇੰਚਾਰਜ ਵੱਲੋਂ ਇੰਸਪੈਕਟਰ ਅਮਨਜੋਤ ਕੋਰ ਨੇ ਸੈਕਟਰ 108 ਦੇ ਇੱਕ ਘਰ ਤੋਂ ਚਲਾਏ ਜਾ ਰਹੇ ਕਾਲ ਸੈਂਟਰ ਦੇ ਬਾਰੇ ਪਰਦਾਫਾਸ਼ ਕੀਤਾ ਸੀ ਤਾਂ ਉਸ ਵੇਲੇ ਕੁਝ ਜਿਹੜੇ ਲੋਕਾਂ ਦਾ ਨਾਮ ਸਾਹਮਣੇ ਆਇਆ ਸੀ ਮੰਨਿਆ ਜਾ ਰਿਹਾ ਕਿ ਉਹਨਾਂ ਨੇ ਪਾਰਟੀ ਨੂੰ ਫੰਡ ਦਿੱਤਾ ਆਮ ਆਦਮੀ ਪਾਰਟੀ ਨੂੰ ਫੰਡ ਦਿੱਤਾ ਇਹ ਦੋਸ਼ ਲੱਗਦੇ ਪਏ ਆ ਤੇ ਉਹ ਲਿਆ ਕੇ ਨੇ ਹਰਜੋਤ ਬੈਸੂਰਾ ਨੇ ਜੇਕਰ ਇਹ ਗੱਲ ਕਹੀ ਗਈ ਹੈ ਦੋਸ਼ ਉਹਨਾਂ ਤੇ ਲੱਗਦਾ ਪਿਆ ਫਿਰ ਦੋਸ਼ ਤਾਂ ਬਹੁਤ ਵੱਡਾ ਹੈ ਪਰ ਕੀ ਇਹ ਤਾਂ ਸੱਚ ਸਾਹਮਣੇ ਆਵੇਗਾ ਕੀ ਇਹਦੀ ਜਾਂਚ ਹੋਵੇਗੀ ਕਿਸੇ ਵੇਲੇ ਇਹ ਵੀ ਹੁੰਦਾ ਨਾ ਕਿ ਸੱਤਾ ਦੇ ਵਿੱਚ ਬੰਦਾ ਹੋਵੇ ਤਾਂ ਉਹਦਾ ਪਰਿਵਾਰਕ ਮੈਂਬਰ ਅਹੁਦੇ ਤੇ ਹੋਵੇ ਇਹ ਜਾਂਚ ਬਹੁਤੀ ਚੱਲਦੀ ਨਹੀਂ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਦੇ ਦੌਰਾਨ ਇਸ ਤਰ੍ਹਾਂ ਦੇ ਕੇਸ ਦੇਖਣ ਨੂੰ ਮਿਲੇ ਆ ਪਰ ਜਿਹੜੇ ਬੰਦਿਆਂ ਨੇ ਕੇਸ ਕੀਤਾ ਜਾਂ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਆ ਦੁੱਧ ਤੋਤੇ ਦੋ ਵੀ ਨਹੀਂ ਗੇ ਉਹਨਾਂ ਦੇ ਬਾਰੇ ਵੀ ਕਈ ਤਰ੍ਹਾਂ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਪ੍ਰਸ਼ਾਸਨਿਕ ਤੌਰ ਤੇ ਚਰਚੇ ਦੇਖਣ ਨੂੰ ਮਿਲ ਰਹੇ ਆ ਸੋ ਦੇਖਦੇ ਹਾਂ ਇਸ ਮਾਮਲੇ ਵਿੱਚ ਬਣਦਾ ਕੀ ਹੈ ਜੇਕਰ ਇਸ ਤਰ੍ਹਾਂ ਦੇ ਦੋਸ਼ ਲਗਾਏ ਆ ਕਿ ਉਹਨਾਂ ਨੇ ਫੰਡਿੰਗ ਲਈ ਮਦਦ ਲਈ ਹੈ ਜੀ ਹੋਰ ਵੀ ਬਹੁਤ ਸਾਰੇ ਦੋਸ਼ ਹੈ ਇਹ ਜੇਕਰ ਇਹ ਬੇਬੁਨਿਆਦ ਨੇ ਤਾਂ ਵੀ ਸੱਚ ਸਾਹਮਣੇ ਆਉਣਾ ਚਾਹੀਦਾ ਜੇ ਸੱਚ ਹੈ ਤਾਂ ਵੀ ਸਾਹਮਣੇ ਆਉਣਾ ਚਾਹੀਦਾ ਲੋਕ ਇੰਤਜ਼ਾਰ ਕਰ ਰਹੇ ਨੇ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰਾਂ ਦੀਆਂ ਮੁਸੀਬਤਾਂ ਵਧੀਆਂ ਹੋਈਆਂ ਨੇ ਸ੍ਰੀ ਕਾਲਤਾਖ ਸਾਹਿਬ ਤੇ ਉਹਨਾਂ ਨੂੰ ਸਪਸ਼ਟਿਕਰਨ ਦੇਣ ਲਈ ਵੀ ਕਿਹਾ ਗਿਆ ਕਿਉਂਕਿ ਬੀਐਫਬੀ ਦਾ ਮਾਮਲਾ ਬਹੁਤ ਗੰਭੀਰ ਹੈ ਡੇਰਾ ਸਿਰਸਾ ਮੁਖੀ ਨੂੰ ਮਾਫੀ ਦਿੱਤੀਗੀ ਉਹਦੇ ਵਿੱਚ ਵੀ ਸਪਸ਼ਟਿਕਰਨ ਮੰਗਿਆ ਗਿਆ ਬਾਬਲ ਕਲਾ ਦੇ ਵਿੱਚ ਇੰਨੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਉਸ ਵੇਲੇ ਦੀ ਸਰਕਾਰ ਨੇ ਸਾਰਥਕ ਕਦਮ ਨਹੀਂ ਚੁੱਕੇ ਬੜੇ ਦੋਸ਼ ਲੱਗੇ ਸਰਕਾਰ ਕਹਿੰਦੀ ਅਸੀਂ ਪੰਥਕ ਪਾਰਟੀਆਂ ਸਰਕਾਰ ਕਹਿੰਦੀ ਕਿ ਅਸੀਂ ਸਿੱਖ ਕੌਮ ਦੇ ਲਈ ਚੰਗੇ ਕੰਮ ਕਰਨੇ ਆ ਹਤੈਸ਼ੀ ਆ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਅੰਦੋਲਨ ਦੇ ਦੌਰਾਨ ਸ਼ੁਰੂਆਤੀ ਦੌਰ ਵਿੱਚ ਚੁੱਪੀ ਵੀ ਸਵਾਲਾਂ ਦੇ ਘੇਰੇ ਚ ਰਹੀ ਅਕਾਲੀ ਦਲ ਦੀ ਸਰਕਾਰ ਵੇਲੇ ਫੈਸਲੇ ਸਹੀ ਤਰੀਕੇ ਨਾਲ ਕਿਉਂ ਨਹੀਂ ਲਏ ਗਏ ਸੁਆਲ ਇਤੀ ਵੀ ਖੜੇ ਹੋਏ ਸੁਖਬੀਰ ਸਿੰਘ ਬਾਦਲ ਨੂੰ ਤਨਖਾਈਆ ਕਰਾਰ ਦਿੱਤਾ ਗਿਆ ਦੂਜੇ ਸ਼ਬਦਾਂ ਵਿੱਚ ਕਹੀਏ ਕਿ ਸਿੱਧੇ ਰੂਪ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਕਿ ਸਹੀ ਤਰੀਕੇ ਨਾਲ ਸਰਕਾਰ ਨਹੀਂ ਚੱਲੀ ਉਸ ਵੇਲੇ ਘਟਨਾਕ੍ਰਮ ਜੋ ਕੁਛ ਵੀ ਵਾਪਰਿਆ ਉਹਦੇ ਵਿੱਚ ਇਹ ਦੋਸ਼ੀ ਸਨ ਇੱਕ ਇੱਕ ਕਰਕੇ 17 ਜਣਿਆਂ ਨੂੰ ਸਪਸ਼ਟਿਕਰਨ ਦੇਣ ਲਈ ਕਿਹਾ ਗਿਆ ਕਮਾਲ ਦੀ ਗੱਲ ਤਾਂ ਇਹ ਹੈ ਜਿਹੜੇ ਉਸ ਵੇਲੇ ਮੰਤਰੀ ਵੀ ਨਹੀਂ ਸੀ ਉਹਨਾਂ ਨੇ ਵੀ ਸਪਸ਼ਟਿਕਰਨ ਦਿੱਤਾ ਤੇ ਹੁਣ ਇੱਕ ਮਾਮਲਾ ਹੋਰ ਚਰਚਾ ਦੇ ਵਿੱਚ ਹੈ ਪਰਮਜੀਤ ਸਿੰਘ ਸਰਨਾ ਵੈਸੇ ਤੱਕ ਕਦੀ ਕਦੀ ਬਾਦਲਾਂ ਨਾਲ ਨਾਰਾਜ਼ ਹੋ ਜਾਂਦੇ ਆ ਕਦੀ ਹੱਕ 'ਚ ਖੜ ਜਾਂਦੇ ਆ ਉਹਨਾਂ ਨੇ ਸ੍ਰੀ ਕਾਲ ਤਖਸੈ ਪਹੁੰਚ ਕੇ ਜਥੇਦਾਰ ਸਿੰਘ ਸਬ ਗਿਆਨੀ ਰਗਵੀਰ ਸਿੰਘ ਹੁਰਾ ਦੇ ਕੋਲ ਮੰਗ ਕੀਤੀ ਹੈ ਉਹ ਕਹਿੰਦੇ ਕਿ ਇਸ ਮਾਮਲੇ ਦੇ ਵਿੱਚ ਖਾਸ ਤੌਰ ਤੇ ਜਦੋਂ ਬੇਅਦਬੀ ਦੇ ਘਟਨਾਵਾਂ ਵਾਪਰੀਆਂ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਉਸ ਵੇਲੇ ਸਾਰਾ ਕੁਝ ਵਾਪਰਿਆ ਅਕਾਲੀ ਦਲ ਦੇ ਨਹੀਂ ਇਕੱਲੇ ਭਾਰਤੀ ਜਨਤਾ ਪਾਰਟੀ ਦੇ ਕੁਝ ਲੀਡਰਾਂ ਨੂੰ ਵੀ ਉੱਥੇ ਬੁਲਾਇਆ ਜਾਵੇ ਜਿਹੜੇ ਇਸ ਮਾਮਲੇ ਵਿੱਚ ਦੋਸ਼ੀ ਗਿਣੇ ਜਾਂਦੇ ਨੇ ਦੋਸ਼ੀ ਹੈਗੇ ਜਾਂ ਨਹੀਂ ਹੈਗੇ ਇਹ ਬਾਅਦ ਦੇ ਵਿੱਚ ਫੈਸਲਾ ਹੋਣਾ ਪਰ ਅਗਲੇ ਨੇ ਤਾਂ ਸ਼ਬਦ ਵਰਤ ਲਿਆ ਨਾ ਕਿਉਂ ਵਰਤਿਆ ਸ਼ੱਕ ਸੀ ਕੋਈ ਸ਼ੰਕਾ ਸੀ ਜਾਂ ਉਹਨਾਂ ਨੂੰ ਲੱਗਦਾ ਕਿ ਇਹਨਾਂ ਦਾ ਵੀ ਵਿੱਚ ਯੋਗਦਾਨ ਹੈਗਾ ਅਸਲ ਦੇ ਵਿੱਚ ਸਰਨਾ ਸਾਹਿਬ ਨੇ ਨਾਮ ਲਿਆ ਹੈਗਾ ਮਨਜਿੰਦਰ ਸਿੰਘ ਸਿਰਸਾ ਦਾ ਉਹ ਕਹਿੰਦੇ ਕਿ ਉਸ ਵੇਲੇ ਦਿੱਲੀ 'ਚ ਅਹਿਮ ਜ਼ਿੰਮੇਵਾਰੀਆਂ ਸੀਗੀਆਂ ਉਸ ਵੇਲੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਵੀ ਸੀਗੇ ਹੁਣ ਸਾਬਕਾ ਪ੍ਰਧਾਨ ਦੇ ਉੱਪਰ ਉਹਨਾਂ ਸਵਾਲ ਚੁੱਕੇ ਕਿੰਨੇ ਕਜਾਇਜ ਨੇ ਇਸ ਵੇਲੇ ਤਾਂ ਚਲੋ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਦੇ ਨਾਲ ਇਹਨਾਂ ਦੀ ਨੇੜਤਾ ਹੋਵੇਗੀ ਕਦੇ ਯਾਰਾਨੇ ਨਹੀਂ ਸੀ ਟੁੱਟ ਗਈਆਂ ਯਾਰੀਆਂ ਵਿੱਚੋਂ ਯਾਰੀ ਪਈ ਤੇ ਲਵਾਤਾ ਬੂਹਾ ਤੇ ਟੁੱਟੀ ਤੇ ਚਿਗਾਠ ਪੁੱਟਤੀ ਹੁਣ ਹਿਸਾਬ ਹੋ ਰਿਹਾ ਜਿਹੜੇ ਕਦੀ ਸੱਜਣ ਨਾਲ ਖੜੇ ਸੀਗੇ ਅੱਜ ਉਹਨਾਂ ਦੇ ਖਿਲਾਫ ਹਾਲਾਂਕਿ ਸਰਨਾ ਸਾਹਿਬ ਤੇ ਸਿਰਸਾ ਸਾਹਿਬ ਦੇ ਵਿਚਕਾਰ ਹਮੇਸ਼ਾ ਹੀ ਦੂਰੀਆਂ ਰਹੀਆਂ ਨੇ ਇਹ ਸਭ ਨੂੰ ਪਤਾ ਹੈ ਪਰ ਮਸਲਾ ਇਹ ਹੈ ਕਿ ਹੁਣ ਉਹਨਾਂ ਨੂੰ ਵੀ ਸ੍ਰੀ ਕਾਲ ਤੱਕ ਸੱਦਿਆ ਜਾਵੇਗਾ ਜਿਹੜੀ ਇਹ ਮੰਗ ਕੀਤੀ ਗਈ ਹੈ ਇਹ ਕਿੰਨੀ ਕੁ ਜਾਇਜ਼ ਆ ਕੀ ਕਸੂਰ ਲੱਗਦਾ ਪਿਆ ਸਰਕਾਰ ਸੀ ਉਸ ਵੇਲੇ ਜੇਕਰ ਬਰਾਬਰ ਦੇ ਦੋਸ਼ੀ ਮੰਨਦੇ ਹੋ ਭਾਗੀਦਾਰ ਮੰਨਦੇ ਹੋ ਤਾਂ ਫਿਰ ਉੱਥੇ ਕਹਿੰਦੇ ਸੱਦਣਾ ਚਾਹੀਦਾ ਸਿੱਧੇ ਤੌਰ ਤੇ ਇਹਨਾਂ ਨੇ ਗੱਲ ਕਰ ਦਿੱਤੀ ਹੈ ਮੰਗ ਪੱਤਰਿਕ ਦਿੱਤਾ ਦੇਖਦੇ ਆ ਕੀ ਬਣਦਾ ਉਧਰਲੇ ਪਾਸੇ ਸ਼ਰੋਮਣੀ ਅਕਾਲੀ ਦਲ ਦੇ ਕੁਝ ਹੋਰ ਲੀਡਰ ਨੇ ਜਿਨ੍ਹਾਂ ਨੂੰ ਸ੍ਰੀ ਕਾਲ ਤੱਕ ਸੱਭ ਤੇ ਬੁਲਾਇਆ ਜਾਵੇ ਇਹ ਮੰਗ ਉਠਣ ਲੱਪਈ ਹੈ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਇਰਾ ਉਹਨਾਂ ਦਾ ਜ਼ਿਕਰ ਵੀ ਹੁੰਦਾ ਭਾਵੇਂ ਚੰਦੂ ਮਾਇਰਾ ਸਾਹਿਬ ਕਹਿ ਰਹੇ ਨੇ ਨਾ ਵੀ ਹੁਣ ਨਹੀਂ ਚੋਣ ਲੜਨੀ ਸਿਆਸੀ ਤੌਰ ਤੇ ਐਨ ਸਰਗਰਮੀਆਂ ਘਟਾਤੀਆਂ ਪਰ ਕਿਸੇ ਵੇਲੇ ਦੇਖਣ ਤੇ ਮਿਲ ਜਾਂਦਾ ਸਰਗਰਮੀਆਂ ਥੋੜੀਆਂ ਜੀਆਂ ਦੇ ਕਰਦੇ ਆ ਮੀਟਿੰਗਾਂ ਹੁੰਦੀਆਂ ਨੇ ਸੁਧਾਰ ਲਹਿਰ ਦੇ ਜਿਹੜੇ ਲੀਡਰ ਨੇ ਉਹਨਾਂ ਦੇ ਨਾਲ ਵੀ ਕਈ ਵਾਰ ਨਜ਼ਰ ਆਉਂਦੇ ਆ ਬੰਦਾ ਸਿਆਸਤ ਤੋਂ ਦੂਰ ਵੀ ਰਹੇ ਤੇ ਨਾਲ ਕਹੀ ਜਾਵੇ ਮੀਟਿੰਗਾਂ ਵੀ ਕਰਨੀਆਂ ਗੱਲ ਫਿਰ ਕਈ ਤਰ੍ਹਾਂ ਦੀ ਹੁੰਦੀ ਜਿਹੜੀ ਘੁੰਮਣ ਕੇ ਦੀ ਚ ਆ ਜਾਂਦੀ ਹੈ ਪਰ ਮਸਲਾ ਇਹ ਹੈ ਕਿ ਲੁਧਿਆਣੇ ਵਾਲੇ ਪਾਸਿਓ ਕੁਝਕ ਲੀਡਰਾਂ ਨੇ ਇਹ ਮੰਗ ਚੁੱਕ ਦਿੱਤੀ ਹੈ ਕਿ ਪ੍ਰੇਮ ਸਿੰਘ ਚੰਦੂ ਮਾਇਰਾ ਨੂੰ ਵੀ ਤਲਬ ਕੀਤਾ ਜਾਵੇ ਉਹਨਾਂ ਤੋਂ ਵੀ ਪੁੱਛਿਆ ਜਾਵੇ ਸਵਾਲ ਜਵਾਬ ਉਹਨਾਂ ਨੂੰ ਵੀ ਹੁਣ ਸਪਸ਼ਟਿਕਰਨ ਉਹ ਵੀ ਦੇਣ ਆਪਣਾ ਚੰਦੂ ਮਾਇਰਾ ਸਾਹਿਬ ਜਾਣਦੇ ਹੈ ਜਾਂ ਨਹੀਂ ਜਾਣਦੇ ਉਹਨਾਂ ਨੂੰ ਸੱਦਿਆ ਜਾਂਦਾ ਜਾਂ ਨਹੀਂ ਇਹ ਸਮਾਂ ਦੱਸੇਗਾ ਪੱਖ ਦੂਸਰਾ ਵੀ ਅਹਿਮ ਹੈ ਜਿਹੜਾ ਹੁਣ ਕਿਹਾ ਜਾ ਰਿਹਾ ਹੈ ਕਿ ਧਾਰਮਿਕ ਸ਼ਕਤੀਤਾ ਜਿਹੜੇ ਉਸ ਵੇਲੇ ਦੇ ਜਥੇਦਾਰ ਸਾਹਿਬ ਸੀ ਉਹਨਾਂ ਨੂੰ ਸੱਦਿਆ ਜਾਵੇ ਮਾਫੀਆ ਕਿਉਂ ਦਿੱਤੀਆਂ ਗਈਆਂ ਮੀਟਿੰਗਾਂ ਚੰਡੀਗੜ੍ਹ ਦੇ ਵਿੱਚ ਇੱਕ ਪੁਲਿਸ ਅਫਸਰ ਦੇ ਘਰ ਦੇ ਵਿੱਚ ਹੋਈਆਂ ਕਿ ਉਹਨਾਂ ਨੂੰ ਸੱਦਿਆ ਜਾਵੇਗਾ ਉਸ ਵੇਲੇ ਦੇ ਹੋਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਕੁਝਕ ਮੈਂਬਰ ਸੀ ਕਿ ਉਹਨਾਂ ਨੂੰ ਸੱਦਿਆ ਜਾਵੇਗਾ ਇਹ ਬਹੁਤ ਸਾਰੀ ਚਰਚਾ ਦਾ ਵਿਸ਼ਾ ਬਣ ਗਿਆ ਤੇ ਮੰਨਿਆ ਜਾ ਸਕਦਾ ਕਿ ਮਾਮਲੇ ਦਾ ਜਿਹੜਾ ਫੈਸਲਾ ਜਾਂ ਕਿਸੇ ਨਤੀਜੇ ਤੇ ਪਹੁੰਚਣਾ ਇਹਨਾਂ ਸੌਖਾ ਨਹੀਂ ਹੋਵੇਗਾ ਤੇ ਇੰਨੀ ਜਲਦੀ ਨਹੀਂ ਫੈਸਲਾ ਆਉਣਾ ਹੋ ਸਕਦਾ ਕਿ ਇਹ ਫੈਸਲਾ ਲਟਕ ਜਵੇ ਹੋ ਸਕਦਾ ਕਿ ਸਮਾਂ ਜ਼ਿਆਦਾ ਲੱਗ ਜਵੇ ਹੋ ਸਕਦਾ ਕਿ ਆਉਂਦੇ ਦਿਨਾਂ ਨੂੰ ਇੱਕ ਇੱਕ ਕਰਕੇ ਲੀਡਰ ਸਹਿਬਾਨਾਂ ਨੂੰ ਜੇਕਰ ਸੱਦਾ ਭੇਜਿਆ ਸਪਸ਼ਟੀਕਰਨ ਦੇਣ ਨੂੰ ਕਹਿ ਦਿੱਤਾ ਗਿਆ ਤਾਂ ਅਗਲੇ ਜਾਣਗੇ ਕੰਮ 5-7 ਦਿਨ ਦਾ ਨਹੀਂ ਮਹੀਨਿਆਂ ਤੱਕ ਵੀ ਗੱਲ ਪਹੁੰਚ ਸਕਦੀ ਆ ਸੋ ਦੇਖਦੇ ਆ ਕਿਦਨ ਨੂੰ ਗੱਲ ਜਾਂਦੀ ਆ ਪਰ ਇੰਨਾ ਜ਼ਰੂਰ ਹੈ ਉਸ ਵੇਲੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਸ਼ਾਮਲ ਸੀ ਉਹਨਾਂ ਨੂੰ ਵੀ ਉੱਥੇ ਸਪਸ਼ਟੀਕਰਨ ਦੇਣ ਦੀ ਮੰਗ ਉੱਠਦੀ ਨਜ਼ਰ ਆ ਰਹੀ ਹੈ ਅੱਗੇ ਵੱਧਦੇ ਗੱਲ ਕਰਦੇ ਆ ਮਲਕਰ ਜਨ ਖੜਗੇ ਦੀ ਮਲਕਾਰਦਨ ਖੜਗੇ ਕੌਮੀ ਕਾਂਗਰਸ ਦੇ ਪ੍ਰਧਾਨ ਨੇ ਉਹ ਕਹਿੰਦੇ ਆ ਕਿ ਜੇਕਰ 20 ਸੀਟਾਂ ਹੋਰ ਮਿਲ ਜਾਂਦੀਆਂ ਨਾ ਤਾਂ ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰ ਜੇਲ੍ਹ ਦੇ ਵਿੱਚ ਹੁੰਨੇ ਸੀ ਹੁਣ ਇਹਨਾਂ ਬਿਆਨਾਂ ਦਾ ਮਤਲਬ ਕੀ ਹੈ ਦਰਸਲ ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਤੇ ਉਸ ਤੋਂ ਪਹਿਲਾਂ ਇੱਕ ਸਿਆਸੀ ਤੌਰ ਤੇ ਮਾਹੌਲ ਜ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਕਿੰਨੇ ਕੁ ਲੋਕ ਨੇ ਕਾਂਗਰਸ ਪਾਰਟੀ ਨਾਲ ਕਿੰਨੇ ਕੁ ਲੋਕ ਖੜਦੇ ਆ ਇਹ ਸਮਾਂ ਦੱਸੇਗਾ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦੇ ਨਾਲ ਲੋਕ ਕਿੰਨਾ ਕੁ ਚਾਲੂ ਘਾਤ ਰੱਖਣਗੇ ਜਾਂ ਉਹਨਾਂ ਨੂੰ ਲੱਗੇਗਾ ਕਿ ਨੀਤੀਆਂ ਬਹੁਤ ਵਧੀਆਂ ਨੇ ਨਾਲ ਚੱਲਣਗੇ ਸਪੋਰਟ ਕਰਨਗੇ ਇਹ ਵੀ ਸਮਾਂ ਦੱਸੇਗਾ ਦੂਸਰੀਆਂ ਪਾਰਟੀਆਂ ਅੱਗੇ ਹੋ ਕੇ ਚੱਲਦੀਆਂ ਨੇ ਲੋਕ ਉਹਨਾਂ ਦੇ ਨਾਲ ਚੱਲਦੇ ਆ ਨੈਸ਼ਨਲ ਕਾਨਫਰੰਸ ਹੈ ਮਹਿਬੂਬਾ ਮੁਫਤੀ ਦੀ ਪਾਰਟੀ ਹੈ ਪੀਡੀਪ ਹੁਣ ਉਹਨਾਂ ਦੇ ਨਾਲ ਕੌਣ ਕੌਣ ਚੱਲਦਾ ਇਹ ਵੀ ਕੁਝ ਸਮੇਂ 'ਚ ਸਪਸ਼ਟ ਹੋ ਜਾਣਾ ਸਵਾਲ ਇਹ ਹੈ ਕਿ ਜਿਹੜੇ ਇਸ ਵੇਲੇ ਮਲਕ ਅਰਜੁਨ ਨੇ ਗੱਲ ਕਹੀ ਆ ਕਿ 20 ਸੀਟਾਂ ਹੋਰ ਮਿਲ ਜਾਂਦੀਆਂ ਤਾਂ ਭਾਰਤੀ ਜਨਤਾ ਪਾਰਟੀ ਦੇ ਜੇਲ੍ਹ ਚ ਹੁੰਦੇ ਇਹ ਚ ਕਿਹਦਾ ਕਿਹਦਾ ਜ਼ਿਕਰ ਕੀਤਾ ਇਹ ਤਾਂ ਪ੍ਰਧਾਨ ਮੰਤਰੀ ਸਾਹਿਬ ਵੀ ਹੁੰਦੇ ਆ ਨਰਿੰਦਰ ਮੋਦੀ ਇਹ ਚ ਅਮਿਤ ਸ਼ਾ ਵੀ ਹੁੰਦੇ ਨੇ ਇਹਦੇ ਵਿੱਚ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਵੀ ਹੁੰਦੇ ਆ ਰਾਜਨਾ ਸਿੰਘ ਦਾ ਨਾਮ ਵੀ ਆ ਸਕਦਾ ਨਾਮ ਨੂੰ ਕੀ ਹੈ ਇਹਦੇ ਵਿੱਚ ਨਿਰਮਲਾ ਸੀਤਾਰਮਨ ਦਾ ਵੀ ਆ ਸਕਦਾ ਭਾਰਤੀ ਜਨਤਾ ਪਾਰਟੀ ਸਾਰੀ ਲੀਡਰਸ਼ਿਪ ਹੈਗੀ ਜਾਂ ਕੁਝ ਕੁ ਚੋਣਵੇਂ ਲੀਡਰ ਨੇ ਇਹਦੇ ਬਾਰੇ ਨਹੀਂ ਦੱਸਿਆ ਭਾਜਪਾ ਦੇ ਲੀਡਰ ਜੇਲ੍ਹ ਦੇ ਵਿੱਚ ਹੁੰਦੇ ਉਹਨਾਂ ਨੇ ਇਹ ਗੱਲ ਕਹੀ ਹੈ ਅਗਲੀ ਗੱਲ ਜਿਹੜੀ ਉਹ ਵੀ ਧਿਆਨ ਮੰਗਦੀ ਹੈ ਇਹ ਮੰਗ ਕਿਉਂ ਕੀਤੀ ਗਈ ਹੈ? ਰਾਹੁਲ ਗਾਂਧੀ ਇਸ ਵੇਲੇ ਵਿਦੇਸ਼ ਵਿੱਚ ਨੇ ਅਮਰੀਕਾ ਪਹੁੰਚੇ ਉੱਥੇ ਜਾ ਕੇ ਉਹਨਾਂ ਨੇ ਕੁਝ ਕੁ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਿਹਦੇ ਕਰਕੇ ਖੁਦ ਘਿਰਦੇ ਨਜ਼ਰ ਆ ਰਹੇ ਆ ਖਾਸ ਤੌਰ ਤੇ ਸਿੱਖ ਪਾਈਚਾਰਾ ਨੂੰ ਲੈ ਕੇ ਅਸੀਂ ਉਹਦੀ ਵੀ ਗੱਲ ਕਰਦੇ ਬਾਅਦ ਚ ਪਰ ਇਹ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਦੇ ਜੇਲ੍ਹ 'ਚ ਲੀਡਰ ਹੁੰਦੇ ਕਿਉਂਕਿ ਭ੍ਰਿਸ਼ਟਾਚਾਰ ਉਹਨਾਂ ਨੇ ਕੀਤਾ ਕਿਉਂਕਿ ਉਹਨਾਂ ਦੇ ਸਮੇਂ 'ਚ 2014 ਤੋਂ ਲੈ ਕੇ 2024 ਤੱਕ ਆਉਂਦੇ ਆਉਂਦੇ ਦੇਸ਼ ਦੀ ਸਰਕਾਰ ਜਿਹੜੀ ਹੈ ਕਮਜ਼ੋਰ ਹੋਈ ਆਰਥਿਕ ਵਿਕਾਸ ਘਟ ਗਿਆ ਵਿਕਾਸ ਦੀ ਦਰ ਜਿਹੜੀ ਹੈ ਉਹ ਘਟ ਗਈ ਇਕਨੋਮੀ ਸਾਡੀ ਉੱਪਰ ਉੱਠੀ ਦੀਆਂ ਸਾਰੀਆਂ ਗੱਲਾਂ ਕਹੀਆਂ ਜਾਣੀਆਂ ਕਿਉਂ ਕਹੀਆਂ ਜਾਂਦੀਆਂ ਇਸ ਵੇਲੇ ਬਹੁਤ ਸਾਰੀਆਂ ਸਰਕਾਰੀ ਕੰਪਨੀਆਂ ਨੇ ਜਿਹੜੀਆਂ ਮੁਨਾਫੇ ਦੇ ਵਿੱਚ ਐ ਤੇ ਜਿਨ੍ਹਾਂ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਿਆਰੀ ਕੀਤੀ ਜਾ ਰਹੀ ਪਰਦੇ ਦੇ ਪਿੱਛੇ ਸਾਰਾ ਕੁਝ ਹੋ ਰਿਹਾ ਹੁਣ ਨੂੰ ਤਾਂ ਇੱਥੇ ਤੇ ਗੱਲ ਪਹੁੰਚ ਗਈ ਆ ਆ ਜਿਹੜੇ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਕੁਝ ਦਿਨ ਪਹਿਲਾਂ ਜਾ ਕੇ ਆਏ ਉੱਥੋਂ ਖਬਰ ਕੀ ਸੀ ਕਿ ਸਾਡੇ ਨਾਲੋਂ 13 ਗੁਣਾ ਵੱਧ ਉਹਨਾਂ ਦੀ ਜੀਡੀਪੀ ਆ ਪਰ ਦੇ ਵਿੱਚ ਪ੍ਰਤੀ ਵਿਅਕਤੀ ਆਮਦਨ ਵੀ ਉਨੀ ਨਹੀਂਗੀ ਜਿੰਨੀ ਉੱਥੋਂ ਦੇ ਲੋਕਾਂ ਦੀ ਆ ਦੇਸ਼ ਦੀ ਜਨਸੰਖਿਆ ਵੀ 1.4 ਲੱਖ ਹੈ ਲਗਭਗ ਇੰਨੀ ਕੀ ਹੈ ਤੇ ਉੱਥੇ ਦੇ ਲੋਕਾਂ ਦੀ ਆਮਦਨ ਵੀ ਵਾਧੂ ਆ ਮੁਫਤ ਵਿੱਚ ਵੀ ਕਈ ਕੁਛ ਹੈ ਸਫਰ ਵੀ ਫ੍ਰੀ ਹੈ ਟੈਕਸ ਵੀ ਨਹੀਂਗਾ ਕੀ ਇਹ ਚੀਜ਼ਾਂ ਇੱਥੇ ਨਹੀਂ ਕਹਿੰਦੇ ਹੋ ਸਕਦੀਆਂ ਦੂਸਰੀ ਗੱਲ ਇਹ ਵੀ ਕਹੀ ਗਈ ਹੈ ਕਿ ਜਦੋਂ ਕੱਚੇ ਤੇਲ ਦੀਆਂ ਕੀਮਤਾਂ ਵਿਦੇਸ਼ਾਂ ਦੇ ਵਿੱਚ 102 ਰੁਪਏ ਬੈਰਲ ਦੇ ਹਿਸਾਬ ਨਾਲ ਸੀਗੀਆਂ ਅੱਜ ਤਾਂ ਬਹੁਤ ਘਟ ਗਈਆਂ ਥੱਲੇ ਆ ਗਈਆਂ 69-77 ਦੇ ਕਰੀਬ ਹੋਣੀਆਂ ਨੇ ਉਥੇ ਤੱਕ ਆ ਕੇ ਵੀ ਸਾਡੇ ਮੁਲਕ ਦੇ ਵਿੱਚ ਨਾ ਪੈਟਰੋਲ ਸਸਤਾ ਹੋ ਰਿਹਾ ਨਾ ਡੀਜ਼ਲ ਸਸਤਾ ਹੋ ਰਿਹਾ ਦਾ ਕਾਰਨ ਕੀ ਹੈ ਕਿ ਏਸੇ ਕਰਕੇ ਮਲਕਾਰ ਜਨ ਖੜਗੇ ਨੇ ਕਿਹਾ ਕਿ ਬਹੁਤ ਸਾਰੇ ਸਿਆਸਤਦਾਨ ਭ੍ਰਿਸ਼ਟਾਚਾਰ ਦੇ ਦੋਸ਼ੀ ਨੇ ਭ੍ਰਿਸ਼ਟਾਚਾਰ ਦੇ ਵਿੱਚ ਉਹਨਾਂ ਦੇ ਹੱਥ ਬਿਲਕੁਲ ਲਿਬੜੇ ਹੋਏ ਹੈ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਹੈ ਹੋ ਸਕਦਾ ਇਸ ਤਰ੍ਹਾਂ ਦੀ ਗੱਲ ਵੀ ਹੋਵੇ ਪਰ ਸਵਾਲ ਇਹ ਹੈ ਕਿ ਜਿਹੜੀਆਂ ਇੱਕ ਇੱਕ ਕਰਕੇ ਕੰਪਨੀਆਂ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਉਹਨਾਂ ਬਾਰੇ ਆਵਾਜ਼ ਹੀ ਨਹੀਂ ਆ ਰਹੀ ਉਹਨਾਂ ਬਾਰੇ ਖਬਰ ਹੀ ਨਹੀਂ ਆ ਰਹੀ ਹਾਲਾਂਕਿ ਇਹ ਨਹੀਂਗਾ ਕੀ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਵੇਲੇ ਕੁਝ ਨਹੀਂ ਹੋਇਆ 2G ਸਪੈਕਟਰ ਉਸ ਵੇਲੇ ਹੋਇਆ ਕੋਲਾ ਕਪਲਾ ਉਸ ਵੇਲੇ ਹੋਇਆ ਕੈਗ ਦੀ ਰਿਪੋਰਟ ਵਿੱਚ ਕਿੰਨੀ ਵਾਰ ਖੁਲਾਸਾ ਹੋਇਆ ਕਲਮਾਡੀ ਵਾਲਾ ਕਪਲਾ ਕਾਮਨਵੈਲਥ ਖੇਡਾਂ ਦਾ ਕਿਹੜੀ ਸਰਕਾਰ ਸੀ ਉਸ ਵੇਲੇ ਚਾਹੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਕੁਝ ਕਈਆਂ ਮਾਮਲਿਆਂ ਵਿੱਚ ਬਹੁਤਾ ਬੋਲੇ ਨਹੀਂ ਪਰ ਕਪਲੇ ਤਾਂ ਹੋਏ ਹਨ ਠੀਕ ਇਸੇ ਤਰ੍ਹਾਂ ਹੁਣ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਹੋ ਰਿਹਾ ਹੈ ਬਹੁਤ ਕੁਝ ਹੋ ਰਿਹਾ ਹੈ ਇੱਕ-ਇੱਕ ਕਰਕੇ ਜੇਕਰ ਕੰਪਨੀਆਂ ਨੂੰ ਵੇਚਣ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਆਉਣ ਵਾਲੇ ਸਮੇਂ 'ਚ ਨੁਕਸਾਨ ਵੱਡੇ ਪੱਧਰ ਤੇ ਕਿਹਦਾ ਹੋਣਾ ਆਮ ਇਨਸਾਨ ਦਾ ਅਨੈਰੋਬੀ ਦੇ ਵਿੱਚ ਇੱਕ ਹਵਾਈ ਅੱਡੇ ਦਾ ਰੋਲਾ ਪੈ ਗਿਆ ਹੁਣ ਕਿਹਾ ਜਾ ਰਿਹਾ ਹੈ ਕਿ ਜਿੰਨੀ ਉਥੇ ਆਮਦਨ ਪ੍ਰਾਪਤ ਹੁੰਦੀ ਹੈ ਉਸ ਤੋਂ ਡੇਢ ਗੁਣਾ ਜ਼ਿਆਦਾ ਉਸ ਤੋਂ ਡੇਢ ਗੁਣਾ ਜ਼ਿਆਦਾ ਉਥੇ ਦੇ ਹਵਾਈ ਅੱਡੇ ਤੇ ਰਿਪੇਅਰ ਦਾ ਖਰਚ ਹੋਣਾ ਕਮਾਲ ਦੀ ਗੱਲ ਹੈ ਆਮਦਨ ਉਨੀ ਹੈ ਨਹੀਂ ਰਿਪੇਅਰ ਦਾ ਖਰਚ ਉਸ ਤੋਂ ਡੇਢ ਗੁਣਾ ਜ਼ਿਆਦਾ ਉਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਉਸ ਕੰਪਨੀ ਨੂੰ ਰਿਪੇਅਰ ਦਾ ਜਿਹਨੂੰ ਠੇਕਾ ਦਿੱਤਾ ਗਿਆ ਉਹਦਾ ਅਡਾਨੀ ਸਾਹਿਬ ਦੀ ਕੰਪਨੀ ਆ ਗੌਤਮ ਅਡਾਨੀ ਦੀ ਕੰਪਨੀ ਇਸ ਕਰਕੇ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਗਿਆ ਹੁਣ ਰੌਲਾ ਉੱਥੇ ਵੀ ਪਿਆ ਹੈ ਹੜਤਾਲਾਂ ਹੋਈਆਂ ਨੇ ਦੇਖਦੇ ਆ ਕੀ ਬਣਦਾ ਪਰ ਕਾਂਗਰਸ ਪਾਰਟੀ ਇਹ ਗੱਲ ਜ਼ਰੂਰ ਕਹਿ ਰਹੀ ਹੈ ਕਿ ਜੇਕਰ ਸਾਨੂੰ 20 ਸੀਟਾਂ ਹੋਰ ਮਿਲੀਆਂ ਹੁੰਦੀਆਂ ਤੇ ਇਸ ਵੇਲੇ ਕਈ ਲੀਡਰ ਜੇਲ੍ਹ ਦੇ ਵਿੱਚ ਹੁੰਨੇ ਸੀ ਦੂਜੀ ਗੱਲ ਇਹ ਵੀ ਆ ਕਾਂਗਰਸ ਪਾਰਟੀ ਨੇ ਜਾਂ ਫਿਰ ਰਾਹੁਲ ਗਾਂਧੀ ਹਰਿੰਦਰ ਜਦੋਂ ਭਾਰਤ ਜੜੋ ਯਾਤਰਾ ਕੀਤੀ ਉਹਨਾਂ ਦੇ ਨਾਲ ਬਹੁਤ ਸਾਰੇ ਲੀਡਰਾਂ ਨੇ ਸਹਿਯੋਗ ਕੀਤਾ ਬਹੁਤ ਸਾਰੇ ਲੋਕਾਂ ਨੇ ਸਹਿਯੋਗ ਕੀਤਾ ਮੰਨਣ ਵਾਲੇ ਇਹ ਵੀ ਮੰਨਦੇ ਸੀ ਕਿ ਇਸ ਯਾਤਰਾ ਦਾ ਅਸਰ ਸਿੱਧੇ ਤੌਰ ਤੇ ਕਾਂਗਰਸ ਨੇ ਜਿਹੜੀ ਯਾਤਰਾ ਕੱਢੀ ਸੀ ਰਾਹੁਲ ਗਾਂਧੀ ਹੋਰਾਂ ਨੇ ਜਿੱਦਾਂ ਅਡਵਾਨੀ ਸਾਹਿਬ ਨੇ ਯਾਤਰਾ ਕੀਤੀ ਸੀ ਜਿੱਦਾਂ ਜੋਸ਼ੀ ਸਾਹਿਬ ਨੇ ਯਾਤਰਾ ਕੱਢੀ ਸੀ ਰੈਡੀ ਸਾਹਿਬ ਨੇ ਕੀਤੀ ਸੀ ਠੀਕ ਉਸੇ ਤਰ੍ਹਾਂ ਦਾ ਪ੍ਰਭਾਵ ਛੱਡਿਆ ਜਰੂਰ ਹੈ ਜਿਹਦੇ ਕਰਕੇ ਇੱਥੇ ਤੱਕ ਪਹੁੰਚਿਆ ਪਰ ਉਹ 20 ਸੀਟਾਂ ਮਿਲਦੀਆਂ ਤਾਂ ਸੀ ਨਾ 20 ਰਹਿ ਗਈਆਂ ਉਦੇ ਕਰਕੇ ਵੀ ਨੁਕਸਾਨ ਕਾਂਗਰਸ ਨੂੰ ਕਿਤਨਾ ਕਿਤੇ ਹੋਇਆ ਸੋ ਦੇਖਦੇ ਆ ਇਹ ਸਿਰਫ ਤਾ ਸਿਰਫ ਸਿਆਸੀ ਤੌਰ ਤੇ ਬਿਆਨ ਨੇ ਜਾਂ ਆਉਣ ਵਾਲੇ ਸਮੇਂ ਚ ਇਹਨਾਂ ਦੇ ਮੈਦਨੇ ਕੋ ਸ਼ੋਰ ਨਿਕਲਦਿਆ ਇਸ ਸਮਾ ਦਸੀਗਾ ਅੱਗੇ ਵੱਧਦੇ ਹਾਂ ਗੱਲ ਕਰਦੇ ਹਰਿਆਣੇ ਦੀ ਹਰਿਆਣੇ ਚ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਉਮੀਦਵਾਰਾਂ ਦੀਆਂ ਲਿਸਟ ਵੀ ਜਾਰੀ ਹੋ ਰਹੀਆਂ ਨੇ ਪਰ ਉਸ ਤੋਂ ਪਹਿਲਾਂ ਹੀ ਸਿਆਸੀ ਤੌਰ ਤੇ ਪਟਾਕੇ ਪੈਣੇ ਸ਼ੁਰੂ ਹੋ ਚੁੱਕੇ ਆ ਪਾਰਟੀਆਂ ਦੇ ਵਿੱਚ ਕੁਝ ਕੁ ਲੀਡਰ ਨੇ ਜਿਨ੍ਹਾਂ ਦੀ ਆਪਸ ਵਿੱਚ ਬਣਦੀ ਨਹੀਂ ਤੇ ਹੁਣ ਟਿਕਟਾਂ ਮਿਲੀਆਂ ਨੇ ਟਿਕਟਾਂ ਕੱਟ ਹੋਈਆਂ ਸੋਸ਼ਲ ਮੀਡੀਆ ਤੇ ਰੋਂਦੇ ਵੀ ਦੇਖਿਆ ਗਿਆ ਕਈਆਂ ਨੇ ਦਿੱਥੋਂ ਤੇ ਕਹਿਤਾ ਸੀ ਤਾਂ 20-22 ਸਾਲ 25-25 ਸਾਲ ਹੋ ਗਏ ਪਾਰਟੀ ਨਾਲ ਜੁੜਿਆ ਨੂੰ ਸਾਡੀ ਟਿਕਟ ਕੱਟ ਕੇ ਰੱਖ ਦਿੱਤੀ ਐ। ਉਹਨਾਂ 'ਚੋਂ ਕੁਝ ਸਿਆਸਤਦਾਨ ਉਹ ਨੇ ਜਿਨ੍ਹਾਂ ਨੇ ਆਜ਼ਾਦ ਤੌਰ ਤੇ ਲੜਨ ਦਾ ਐਲਾਨ ਕਰ ਦਿੱਤਾ। ਕੁਸ਼ਕ ਉਹ ਐ ਜਿਹੜੇ ਕਹਿੰਦੇ ਆ ਕਿ ਪਾਰਟੀ ਨੇ ਸਾਡੀ ਪਿੱਠ ਦੇ ਵਿੱਚ ਛੁਰਾ ਮਾਰਿਆ। ਇਦਾਂ ਦੀਆਂ ਗੱਲਾਂ ਵੀ ਕਹੀਆਂ ਜਾ ਰਹੀਆਂ ਨੇ। ਅੱਜ ਵੀ ਇਹ ਖਬਰ ਸਾਹਮਣੇ ਆਈ ਐ ਕਿ ਮਨੋਹਰ لال ਖੱਟਰ ਉਹਨਾਂ ਦੇ ਬਹੁਤ ਕਰੀਬੀ ਮੰਨੇ ਜਾਂਦੇ ਸੀ। ਮੀਡੀਆ ਸਲਾਹਕਾਰ ਹੀ ਐ ਵੈਸੇ ਤਾਂ ਕਰੀਬੀ ਹੈ ਗਈ ਐ। ਉਹਨਾਂ ਨੇ ਵੀ ਆਜ਼ਾਦ ਤੌਰ ਤੇ ਚੋਂ ਲੜਨ ਦਾ ਐਲਾਨ ਕਰ ਦਿੱਤਾ ਹੈ ਬਹੁਤਾ ਨਹੀਂ ਬੰਦਾ 10 ਵੋਟਾਂ ਵੀ ਤੋੜ ਦਵੇ ਨਾ ਫਰਕ ਬਹੁਤ ਪੈ ਜਾਂਦਾ ਕੁਮਾਰੀ ਸ਼ੈਲਜਾ ਕਾਂਗਰਸ ਪਾਰਟੀ ਦੇ ਨੇ ਹੁਣ ਜਦੋਂ ਤੋਂ ਪਾਰਲੀਮੈਂਟ ਦੇ ਵਿੱਚ ਸੀ ਉਸ ਵੇਲੇ ਹਾਲਾਤ ਹੋਰ ਸੀ ਮੁੱਖ ਮੰਤਰੀ ਬਣਨ ਦੀ ਜਦੋਂ ਦੀ ਖਾਹਿਸ਼ ਜਾਗੀ ਹੈ ਹਾਲਾਤ ਹੋਰ ਹੋ ਗਏ ਹਨ ਉਹਨਾਂ ਨੇ ਆਪਣੇ ਕਰੀਬੀਆਂ ਨੂੰ ਟਿਕਟ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਧੜਾ ਭਾਰੂ ਪੈ ਗਿਆ ਉੱਥੇ ਭពਿੰਦਰ ਸਿੰਘ ਹੁੱਡੇ ਦਾ ਹੁੱਡਾ ਸਾਹਿਬ ਨੇ ਆਪਣੇ ਕਰੀਬੀਆਂ ਨੂੰ ਟਿਕਟ ਦਿਵਾਤੀ ਹੈ ਇੱਕ ਸੀਟ ਬਚੀ ਹੈ ਜਿੱਥੇ ਹੋ ਸਕਦਾ ਹੈ ਕਿ ਸਾਡੇ ਚੱਲਦੇ ਪ੍ਰੋਗਰਾਮ ਜਾਂ ਇਸ ਤੋਂ ਬਾਅਦ ਉਹਨਾਂ ਨੂੰ ਵੀ ਟਿਕਟ ਦੇ ਦਿੱਤੀ ਜਾਵੇ ਕਿਉਂਕਿ ਇੱਕ ਸੀਟ ਤੇ ਪੇਚ ਫਸਿਆ ਹੈ 89 ਤੇ ਸਪਸ਼ਟ ਹੋ ਗਈ ਹੈ ਸਥਿਤੀ ਆਮ ਆਦਮੀ ਪਾਰਟੀ ਨੇ ਵੀ 41 ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ 59 ਉਮੀਦਵਾਰਾਂ ਦੀ ਲਿਸਟ ਫਾਈਨਲ ਕਰ ਦਿੱਤੀ ਹੈ ਬਿਆਂ ਦੀ ਚਰਚਾ ਕਿ ਇਹ ਸ਼ਾਮ ਤੱਕ ਆ ਜਾਣੀ ਹੈ ਬਗਾਵਤ ਪਰ ਉੱਥੇ ਕਾਂਗਰਸ ਵਿੱਚ ਵੀ ਹੈ ਬਗਾਵਤ ਆਮ ਆਦਮੀ ਪਾਰਟੀ ਦੇ ਕੁਝ ਕੁ ਲੀਡਰਾਂ ਦੇ ਵਿਚਾਰ ਵੀ ਆ ਪਰ ਖਬਰਾਂ ਨਹੀਂ ਕਹਿੰਦੇ ਬਾਹਰ ਆਈਆਂ ਭਾਰਤੀ ਜਨਤਾ ਪਾਰਟੀ ਵਿੱਚ ਵਾਧੂ ਦੇਖਣ ਨੂੰ ਮਿਲ ਰਹੀ ਹੈ ਕਈਆਂ ਸੀਟਾਂ ਤੇ ਦਾਦੇ ਪੋਤੇ ਦਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਅਨੈਲੋ ਪਾਰਟੀ ਚ ਇੱਕ ਸੀਗੇ ਲੀਡਰ ਛੱਡ ਕੇ ਭਾਰਤੀ ਜਨਤਾ ਪਾਰਟੀ ਚਲੇ ਗਏ ਭਾਰਤੀ ਜਨਤਾ ਪਾਰਟੀ ਵਾਲੇ ਆਜ਼ਾਦ ਤੌਰ ਤੇ ਚਲੇ ਗਏ ਹੁਣ ਉੱਥੇ ਰਣਜੀਤ ਚਟਾਲੇ ਦਾ ਕਹਿੰਦੇ ਆ ਕਿ ਮੁਕਾਬਲਾ ਆਪਣੇ ਪੋਤੇ ਦੇ ਨਾਲ ਵੀ ਹੈ ਦੇਖਦੇ ਆ ਕੌਣ ਜਿੱਦਾ ਕੌਣ ਨਹੀਂ ਮਸਲਾ ਇਹ ਕਿ ਉੱਥੇ ਵੀ ਬਹੁਤ ਸਾਰੇ ਮੁੱਦੇ ਹੈ ਹਰਿਆਣੇ ਦੇ ਵਿੱਚ ਜਿਹੜੇ ਚਰਚਾ ਚ ਇੱਕ ਅਹਿਮ ਮੁੱਦਾ ਅਗਨੀਵੀਰ ਦਾ ਹੁਣ ਉਹਦੇ ਕਰਕੇ ਮੰਨਿਆ ਜਾ ਰਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਜਾਂ ਉਥੇ ਵੋਟਾਂ ਦੇ ਵਿੱਚ ਇਸ ਚੀਜ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਹਰਿਆਣੇ ਚੋਂ ਵੀ ਵੱਡੀ ਗਿਣਤੀ ਚ ਸਾਡੇ ਦੇਸ਼ ਦੀ ਫੌਜ ਵਿੱਚ ਸੇਵਾ ਨੂੰ ਆਉਂਦੇ ਨੇ ਬਹੁਤ ਸਾਰੇ ਨੌਜਵਾਨ ਹੁਣ ਕਹਿੰਦੇ ਆ ਕਿ ਕੋਸ਼ਕ ਬੱਚੇ ਉਥੇ ਤਿਆਰੀ ਕਰਦੇ ਸੀ ਫੌਜੀ ਪਰ ਜਦੋਂ ਦੀ ਅਗਨੀਵੀਰ ਸਕੀਮ ਆ ਗਈ ਹੈ ਉਹਨਾਂ ਨੇ ਤਿਆਰੀ ਬਿਲਕੁਲ ਬੰਡ ਕਰ ਦਿੱਤੀ ਹੈ ਬਹੁਤ ਸਾਰੀਆਂ ਅਕੈਡਮੀਆ ਚੱਲਦੀਆਂ ਸੀ ਉਥੇ ਘਾਹ ਉਗ ਗਿਆ ਬੱਚੇ ਕਿਉਂਕਿ ਜਾਂਦੇ ਨਹੀਂ ਅਭਿਆਸ ਕਰਨ ਲਈ ਕਹਿੰਦੇ 4 ਸਾਲ ਲਈ ਜਾਣਾ ਫਾਇਦਾ ਕੀ ਆ 4 ਸਾਲ ਬਾਅਦ ਕੀ ਕਰਾਂਗੇ ਇੱਕ ਖਬਰ ਉਥੇ ਜਿਹੜੀ ਗਰਾਉਂਡ ਰਿਪੋਰਟ ਸਾਹਮਣੇ ਆਈ ਹੈ ਉਹਦੇ ਵਿੱਚ ਖੁਲਾਸੇ ਹੋਏ ਕਈ ਤਰ੍ਹਾਂ ਦੇ ਇੱਕ ਨੌਜਵਾਨ ਜਿਹੜਾ 5.5 ਸਾਲ ਲਗਾਤਾਰ ਅਭਿਆਸ ਕਰਦਾ ਜਦੋਂ ਵਾਰੀ ਆਉਂਦੀ ਹੈ ਫੌਜ ਵਿੱਚ ਜਾਣ ਦੀ ਕਿਉਂਕਿ ਉਹ ਦੱਸਿਆ ਉਹਨੇ 15 ਸਾਲ 'ਚ ਸ਼ੁਰੂ ਕਰਤਾ ਸੀ ਦੌੜਨਾ ਜਦੋਂ ਵਾਰੀ ਆਉਂਦੀ ਹੈ ਬਾਅਦ ਵਿੱਚ ਅਗਨੀਵੀਰ ਸਕੀਮ ਆ ਗਈ ਉਹ ਬੰਦੇ ਨੂੰ ਇੰਨਾ ਕਿ ਸਦਮਾ ਲੱਗਾ ਉਸ ਨੌਜਵਾਨ ਨੂੰ ਪਰਿਵਾਰ ਨੂੰ ਵੀ ਉਹ ਨੌਜਵਾਨ ਇਸ ਦੁਨੀਆ ਤੋਂ ਚਲਾ ਗਿਆ ਮਤਲਬ ਮਾਨਸਿਕ ਤੌਰ ਤੇ ਇਨਾ ਕੋਨੇ ਆਪਣੇ ਦਿਮਾਗ ਤੇ ਬੋਝ ਪਾ ਲਿਆ ਅਟੈਕ ਹੋ ਗਿਆ ਮੌਤ ਹੋ ਗਈ ਠੀਕ ਇਸੇ ਤਰ੍ਹਾਂ ਦਾ ਇੱਕ ਮੁਕਾਬਲਾ ਦੇਖਣ ਨੂੰ ਮਿਲਿਆ ਨੌਜਵਾਨ ਕਹਿੰਦਾ ਜੀ ਸਾਢੇ 4 ਸਾਲ ਮੈਂ ਲਗਾਤਾਰ ਸਵੇਰੇ ਉੱਠ ਕੇ 3:30 ਵਜੇ ਉੱਠ ਕੇ ਭੱਜਣ ਜਾਂਦਾ ਸੀ ਤਾਂ ਕਿ ਸਾਹ ਪੱਕੇ ਤਾਂ ਕਿ ਮੈਡੀਕਲ ਕਲੀਅਰ ਕਰ ਸਕਾਂ ਪਰ ਨਹੀਂ ਗੱਲ ਬਣੀ ਤੇ ਹੋਰ ਟੈਸਟ ਦਾ ਉਹਨੇ ਦਿੱਤਾ ਉਧਰ ਵੀ ਗੱਲ ਨਹੀਂ ਬਣੀ ਪਰ ਮਸਲਾ ਇਹ ਹੈ ਉਹ ਵੀ ਨੌਜਵਾਨ ਕਹਿੰਦਾ ਕਿ ਹੁਣ ਫੌਜ ਵਿੱਚ ਨਹੀਂ ਜਾਣਾ ਮਨ ਉੱਠ ਗਿਆ ਕੀ ਆਉਣ ਵਾਲੇ ਸਮੇਂ ਦੇ ਵਿੱਚ ਸਮੱਸਿਆ ਇੱਕ ਬਹੁਤ ਵੱਡੀ ਖੜੀ ਹੋ ਸਕਦੀ ਹੈ ਭਾਰਤੀ ਫੌਜ ਵਿੱਚ 4 ਸਾਲ ਦੀ ਨੌਕਰੀ ਤੋਂ ਬਾਅਦ ਬੱਚਾ ਕਰੇਗਾ ਕੀ ਸਵਾਲ ਤੇ ਹੈ ਨਾ ਹੁਣ ਦੇਸ਼ ਦੀ ਗੱਲ ਕਰੀਏ 7% ਦੀ ਫੌਜ ਦੇ ਵਿੱਚ ਜਵਾਨ ਪੰਜਾਬ ਦੇ ਨੇ ਉੱਤਰ ਪ੍ਰਦੇਸ਼ ਦੇ 16% ਹੈ ਬਿਹਾਰ ਦੇ 8% ਹਿਮਾਚਲ ਪ੍ਰਦੇਸ਼ ਦੇ 6.7% ਦੀ ਰਾਜਸਥਾਨ 8 ਮਹਾਰਾਸ਼ਟਰ ਤੇ 7% ਹੋਰ ਵੀ ਹੋ ਸਕਦੇ ਨੇ ਦੂਜੇ ਸੂਬਿਆਂ ਤੋਂ ਵੀ ਉਹਨਾਂ ਦੀ ਗਿਣਤੀ ਘੱਟ ਹੈ ਇਹਨਾਂ ਜਿਆਦਾ ਸੀ ਇਹ ਤਾਂ ਕਹਿੰਦੇ ਆ ਕਿ 6 ਮਹੀਨੇ ਦੀ ਟ੍ਰੇਨਿੰਗ ਤੇ ਫੌਜ ਦੇ ਵਿੱਚ 4 ਸਾਲ ਦੀ ਸੇਵਾ ਦੇਣੀ ਹੈ 17.5 ਸਾਲ ਤੋਂ ਲੈ ਕੇ 21 ਸਾਲ ਤੱਕ ਦੇ ਨੌਜਵਾਨ ਨੇ ਉਹਨਾਂ ਨੂੰ ਭਰਤੀ ਕਲੀਅਰ ਕਰਨੀ ਪੈਣੀ ਹੈ ਉਹਨਾਂ ਦਾ ਮੈਡੀਕਲ ਸਹੀ ਹੋਣਾ ਚਾਹੀਦਾ ਫਿਜ਼ੀਕਲ ਦੇ ਨਿਜਮ ਹੋਣੇ ਚਾਹੀਦੇ ਆ ਆਰਮ ਫੋਰਸਜ਼ ਦੇ ਨਿਜਮਾਂ ਦੇ ਮੁਤਾਬਿਕ ਅਪਲਾਈ ਕਰਨ ਦੇ ਲਈ 10ਵੀਂ ਜਾਂ 12ਵੀਂ ਦਾ ਪਾਸ ਹੋਣਾ ਵੀ ਜ਼ਰੂਰੀ ਹੈ ਸਰਵਿਸ ਦੀ ਜ਼ਰੂਰਤਾਂ ਦੇ ਆਧਾਰ ਤੇ ਉੱਤੇ ਔਰਤਾਂ ਨੂੰ ਵੀ ਸੇਵਾ ਦੇ ਵਿੱਚ ਸੇਵਾ ਦੇਣ ਦਾ ਮੌਕਾ ਮਿਲਣਾ 4 ਸਾਲ ਦੀ ਸੇਵਾ ਤੋਂ ਬਾਅਦ 25% ਦੀ ਅਗਨੀਵੀਰ ਉਹ ਜਿਹੜਾ ਨੂੰ ਪੱਕੇ ਤੌਰ ਤੇ ਅਸਥਾਈ ਕੈਡਰ ਦੇ ਰੂਪ ਦੇ ਵਿੱਚ ਮੰਨਿਆ ਜਾਣਾ ਪਰ ਸਵਾਲ ਇਹ ਹੈ ਕਿ ਪਹਿਲੇ ਸਾਲ ਸਲਾਨਾ ਪੈਕੇਜ ਮਿਲਣਾ 4 ਲੱਖ 76000 ਦਾ ਚੌਥੇ ਸਾਲ ਤੱਕ ਇਹ ਪੈਕੇਜ 6 ਲੱਖ 92000 ਰੁਪਏ ਹੋ ਜਾਣਾ ਰਿਸਕ ਫੈਕਟਰ ਕਿੱਥੇ ਹੈ ਜੇਕਰ ਕਿਸੇ ਨੂੰ ਸਰੀਰਕ ਤੌਰ ਤੇ ਕੋਈ ਸਮੱਸਿਆ ਆਉਂਦੀ ਹੈ ਇਲਾਜ ਦੀ ਕੀ ਸਹੂਲਤ ਹੈ ਪੈਨਸ਼ਨ ਦੀ ਕੀ ਸਹੂਲਤ ਹੈ ਰੌਲਾ ਤੇ ਇਸ ਗੱਲ ਦਾ ਨਾ ਉਹ ਬੱਚੇ ਕੀ ਕਰਨਗੇ ਪਰਿਵਾਰਕ ਮੈਂਬਰਾਂ ਨੂੰ ਕਿ ਜਿਹੜਾ ਫੌਜੀ ਜਵਾਨ ਹੈ ਉਹਦੀ ਪਤਨੀ ਨੂੰ ਵੀ ਬਹੁਤ ਸਾਰੀਆਂ ਸਹੂਲਤਾਂ ਮਿਲਦੀਆਂ ਨੇ ਇੱਥੇ ਸਹੂਲਤ ਨਾਮ ਦੀ ਕੋਈ ਵੀ ਚੀਜ਼ ਨਹੀਂ ਗਈ ਇਹ ਮੁੱਦਾ ਬਹੁਤ ਵੱਡੇ ਪੱਧਰ ਤੇ ਪਹਿਲਾਂ ਵੀ ਉੱਠਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਮਾਰ ਪਈ ਸੀ ਇਸੇ ਤਰ੍ਹਾਂ ਦੀ ਮਾਰ ਹੁਣ ਸਮਝਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਵਿੱਚ ਵੀ ਪੈਣ ਦੀ ਸੰਭਾਵਨਾ ਜੰਮੂ ਕਸ਼ਮੀਰ ਦੇ ਵਿੱਚ ਇਹ ਮੁੱਦਾ ਉੱਠਣਾ ਵੈਸੇ ਉੱਥੇ ਤਾਂ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਆਉਣ ਵਾਲੇ ਸਮੇਂ 'ਚ ਬਿਜ਼ਨਸ ਉੱਪਰ ਚੱਕਣਾ ਚਾਹੁੰਦੇ ਆ ਉੱਥੇ ਬਹੁਤ ਸਾਰੇ ਸਲਾਨੀ ਆ ਰਹੇ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਅਤਵਾਦੀਆਂ ਦੇ ਘਟਨਾਵਾਂ ਰੁਕੀਆਂ ਨੇ ਪੱਥਰ ਵਾਜਦੇ ਘਟਨਾਵਾਂ ਰੁਕੀਆਂ ਨੇ ਧਾਰਾ 370 ਹਟਾਉਣ ਤੋਂ ਬਾਅਦ 35 ਹਟਾਉਣ ਤੋਂ ਬਾਅਦ ਦੇਸ਼ ਦੇ ਹਾਲਾਤ ਬਦਲ ਗਏ ਐ ਕਸ਼ਮੀਰ ਦੇ ਹਾਲਾਤ ਬਦਲ ਗਏ ਐ ਜੰਮੂ ਤੇ ਕਸ਼ਮੀਰ ਨੂੰ ਜਦੋਂ ਅਲੱਗ ਕੀਤਾ ਗਿਆ ਕਾਂਗਰਸ ਕਹਿੰਦੀ ਪਈ ਐ ਕਿ ਹਾਲਾਤ ਬਹੁਤ ਜ਼ਿਆਦਾ ਖਰਾਬ ਹੋ ਗਏ ਤਰਤਰਨੀ ਚਰਚਾਂ ਨੇ ਪਰ ਇਹ ਜਿਹੜਾ ਅਗਨੀ ਵੀਰ ਸਕੀਨ ਦਾ ਮੁੱਦਾ ਇਹ ਕਿਤਨਾ ਕਿਤੇ ਭਾਰਤੀ ਜਨਤਾ ਪਾਰਟੀ ਲਈ ਸਮੱਸਿਆ ਖੜੀ ਕਰ ਸਕਦਾ ਕੁਝ ਕੁ ਮਾਹਰ ਜਿਹੜੇ ਖੋਲ ਕੇ ਨਹੀਂ ਬੋਲਦੇ ਪਰ ਦੱਬੀ-ਦੱਬੀ ਆਵਾਜ਼ ਵਿੱਚ ਉਹ ਵੀ ਕਹਿਣਾ ਸ਼ੁਰੂ ਹੋ ਚੁੱਕਿਆ ਹੈ ਕਿ ਇਹ ਬਹੁਤ ਵੱਡੀ ਸਮੱਸਿਆ ਦਾ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਬਣ ਸਕਦਾ ਜੇਕਰ ਇੱਧਰ ਧਿਆਨ ਨਾ ਦਿੱਤਾ ਗਿਆ ਜੇਕਰ ਇਹਨਾਂ ਦੇ ਬਾਰੇ ਵਿਚਾਰਾਂ ਨਾ ਕੀਤੀਆਂ ਗਈਆਂ ਤਾਂ ਮੰਨ ਕੇ ਚੱਲੀਏ ਕਿ ਇਹਦਾ ਪ੍ਰਭਾਵ ਪੈ ਸਕਦਾ ਚਾਰ ਸੀਟਾਂ ਸੀਗੀਆਂ ਜਿੱਥੇ ਭਾਜਪਾ ਜਿੱਤਦੀ ਹੁੰਦੀ ਸੀ ਪਹਿਲਾਂ ਰਵਾੜੀ ਪਵਾਨੀ ਰੋਤਕ ਝੱਜਰ ਹਿਸਾਰਤ ਜੀਂਦ ਪਰ ਜਦੋਂ ਇਸ ਸਕੀਮ ਦਾ ਐਲਾਨ ਕੀਤਾ ਗਿਆ 2019 ਦੀਆਂ ਚੋਣਾਂ ਵਿੱਚ ਜਿਹੜੇ ਜਿੱਤੇ ਸੀ 2024 ਦੇ ਵਿੱਚ ਉਤੇ ਹਾਰੇ ਕਿਉਂ ਆ ਕਿਉਂਕਿ ਇਸ ਸਕੀਮ ਦਾ ਪ੍ਰਭਾਵ ਕਿਤੇ ਨਾ ਕਿਤੇ ਪਿਆ ਜ਼ਰੂਰ ਹੈ ਨੌਜਵਾਨ ਜਿਹੜੇ ਵੱਡੀ ਗਿਣਤੀ ਵਿੱਚ ਵੋਟਾਂ ਪਾਉਂਦੇ ਨੇ ਸਰਕਾਰ ਬਣਾਉਣ ਦੇ ਵਿੱਚ ਅਹਿਮ ਯੋਗਦਾਨ ਪਾਉਂਦੇ ਨੇ ਉਹਨਾਂ ਨੇ ਇਸ ਸਕੀਮ ਨੂੰ ਨਕਾਰਤਾ ਬਿਹਾਰ ਦੇ ਵਿੱਚ ਕੀ ਹੋਇਆ ਬਿਹਾਰ ਦੇ ਵਿੱਚ ਕਿੰਨਾ ਨੁਕਸਾਨ ਹੋਇਆ ਅਗਜਨੀ ਦੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਉੱਤਰ ਪ੍ਰਦੇਸ਼ ਵਿੱਚ ਮਿਲੀਆਂ 50 ਲੱਖ ਬੱਚਿਆਂ ਨੇ ਪੇਪਰ ਭਰਿਆ ਪੇਪਰ ਲੀਕ ਹੋ ਗਿਆ ਜਿਹੜੇ ਫੌਜ ਦੀ ਤਿਆਰੀ ਕਰਕੇ ਬੈਠੇ ਜਿਹਨਾਂ ਸੀਡੀਐਸ ਦਾ ਟੈਸਟ ਦੇਣਾ ਸੀਗਾ ਉਹ ਸਾਰੇ ਬੱਚੇ ਕਹਿੰਦੇ ਆ ਕਿ ਸਾਡੇ ਨਾਲ ਸ਼ਰਿਆਮ ਧੋਖਾ ਹੁੰਦਾ ਕਰੋੜਾਂ ਰੁਪਏ ਸਰਕਾਰ ਦੇ ਖਜ਼ਾਨੇ ਵਿੱਚ ਚਲਾ ਜਾਂਦਾ ਕਦੀ ਕਿਸੇ ਨੇ ਮੰਗ ਕੀਤੀ ਹੈ ਕਦੀ ਕਿਸੇ ਸਰਕਾਰ ਨੇ ਕਿਹਾ ਕਿ ਬੱਚਿਆਂ ਦੇ ਪੈਸੇ ਰਿਫੰਡ ਕੀਤੇ ਜਾਣਗੇ ਸਟੇ ਮਿਲ ਜਾਂਦਾ ਰਿੱਟ ਪੈ ਜਾਂਦੀ ਹੈ ਮਾਮਲਾ ਅਦਾਲਤਾਂ ਵਿੱਚ ਚੱਲ ਜਾਂਦਾ 4 ਸਾਲ ਬਾਅਦ ਕਹਿੰਦੇ ਸੀ ਭਰਤੀ ਫੇਰ ਕਰ ਦਾਂਗੇ ਫਿਰ ਉੱਤੇ ਰਿੱਟ ਪੈ ਜਾਂਦੀ ਹੈ 69000 ਭਰਤੀਆਂ ਹੋਣੀਆਂ ਸੀ 69000 ਉਹਨਾਂ ਤੇ ਰੋਕ ਕਿਉਂ ਲਾਉਣੀ ਪੈਗੀ 69000 ਦੇ ਵਿੱਚੋਂ ਜੇਕਰ ਬੱਚਿਆਂ ਨੇ 100-100 ਰੁਪਿਆ ਵੀ ਦਿੱਤਾ ਹੋਵੇਗਾ ਸਰਕਾਰ ਦਾ ਖਜ਼ਾਨਾ ਦਾ ਫੁੱਲ ਹੋ ਗਿਆ ਨਾ ਨੁਕਸਾਨ ਕਿਹਦਾ ਬੱਚਿਆਂ ਦਾ ਨੁਕਸਾਨ ਕਿਹਨਾਂ ਦਾ ਪ੍ਰਵੇਖ ਦਾ ਇੱਧਰ ਥੋੜਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈ ਬਾਕੀ ਦੇਖਦੇ ਆ ਮੰਨਿਆ ਜਾ ਰਿਹਾ ਹੈ ਕਿ ਇਸ ਚੀਜ਼ ਦਾ ਪ੍ਰਭਾਵ ਇਸ ਵਾਰ ਉੱਥੇ ਚੋਣਾ ਦੇ ਵਿੱਚ ਪੈ ਸਕਦਾ ਹੈ ਅੱਗੇ ਵੱਧ ਕੇ ਗੱਲ ਕਰਦੇ ਰਾਹੁਲ ਗਾਂਧੀ ਦੀ ਰਾਹੁਲ ਗਾਂਧੀ ਅਮਰੀਕਾ ਦੇ ਦੌਰੇ ਤੇ ਹੈ ਸਿੱਖ ਭਾਈਚਾਰੇ ਨੂੰ ਲੈ ਕੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਉਹ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਕਿ ਰਾਹੁਲ ਗਾਂਧੀ ਨੇ ਕੋਈ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੋਵੇ ਜਿਹਦੇ ਕਰਕੇ ਵਿਵਾਦ ਖੜਾ ਹੋਇਆ ਹੋਵੇ ਬਿਆਨ ਤਾਂ ਕਹੀਏ ਜਦੋਂ ਰਾਹੁਲ ਗਾਂਧੀ ਲੰਡਨ ਪਹੁੰਚੇ ਸੀ ਬਿਆਨ ਦਿੱਤਾ ਸੀ ਉਸ ਵੇਲੇ ਵੀ ਚਰਚਾ ਹੋਈ ਇਸ ਤੋਂ ਇਲਾਵਾ ਕਈ ਦੇਸ਼ਾਂ ਦੀ ਯਾਤਰਾ ਦੇ ਦੌਰਾਨ ਰਾਹੁਲ ਗਾਂਧੀ ਨੇ ਭਾਰਤ ਦੇ ਲੋਕਤੰਤਰ ਬਾਰੇ ਗੱਲ ਕੀਤੀ ਲੋਕਤੰਤਰ ਖਤਰੇ ਵਿੱਚ ਐ ਸਿੱਖਿਆ ਨੂੰ ਲੈ ਕੇ ਗੱਲ ਕੀਤੀ ਬੇਰੋਜ਼ਗਾਰੀ ਦੀ ਗੱਲ ਕੀਤੀ ਠੀਕ ਹੈ ਇਹ ਮੁੱਦੇ ਚੁੱਕਣੇ ਚਾਹੀਦੇ ਆ ਪਰ ਇਹ ਮੁੱਦੇ ਭਾਰਤ ਵਿੱਚ ਚੁਕੇ ਜਾਂ ਤਾਂ ਜਿਆਦਾ ਵਧੀਆ ਅਸੀਂ ਤੇ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਭਾਰਤ ਦਾ ਮਸਲਾ ਭਾਰਤ ਵਿੱਚ ਵਿਚਾਰਿਆ ਜਾਵੇ ਕਿਉਂਕਿ ਉਹਦਾ ਹੱਲ ਭਾਰਤ ਵਿੱਚ ਹੋਣਾ ਜੇਕਰ ਵਿਦੇਸ਼ ਵੀ ਜਾ ਕੇ ਟੰਡੋਰਾ ਪਿੱਟਿਆ ਜਾਵੇ ਤਾਂ ਉਹਦਾ ਫਾਇਦਾ ਹੁੱਡੀ ਰੋਲਾ ਪਉਣ ਦਾ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਹੁਣ ਜਿਹੜੀ ਯਾਤਰਾ ਕੀਤੀ ਰਾਹੁਲ ਗਾਂਧੀ ਹੁਰੀ ਜਿਸ ਤਹਾਂ ਦੇ ਨਾਲ ਲੋਕਾਂ ਨੂੰ ਨੌਜਵਾਨਾਂ ਨੂੰ ਮਿਲੇ ਉਹ ਬਹੁਤ ਜ਼ਿਆਦਾ ਅਹਿਮਤ ਰੱਖਦੀ ਸੀ ਗੱਲ ਕਿਉਂਕਿ ਲੱਗਦਾ ਸੀ ਕਿ ਉਹਨਾਂ ਦੇ ਵਿੱਚ ਜਿਹੜਾ ਇੱਕ ਹਮੇਸ਼ਾ ਹੀ ਗੱਲ ਕਹੀ ਜਾਂਦੀ ਹੈ ਕਿ ਬਿਆਨ ਤਾਂ ਉਹ ਦਿੰਦੇ ਆ ਜੀ ਪਰ ਉਹਦੇ ਵਿੱਚ ਕੋਈ ਤਰਕ ਨਹੀਂ ਹੁੰਦਾ ਉਹਨਾਂ ਨੇ ਤਰਕ ਦੇ ਆਧਾਰ ਤੇ ਗੱਲਾਂ ਕੀਤੀਆਂ ਤੇ ਕਈ ਬਿਆਨ ਇਸ ਤਰ੍ਹਾਂ ਦੇ ਸੀ ਜਿੱਤੇ ਵਿਰੋਧੀਆਂ ਨੂੰ ਸੋਚਣ ਨੂੰ ਮਜਬੂਰ ਹੋਣਾ ਪਿਆ ਵਿਰੋਧੀ ਧਿਰ ਦੇ ਲੀਡਰ ਵਜੋਂ ਲੰਬੇ ਸਮੇਂ ਬਾਅਦ ਪਾਰਲੀਮੈਂਟ ਵਿੱਚ ਕੋਈ ਲੀਡਰ ਇਸ ਤਰ੍ਹਾਂ ਦਾ ਦੇਖਣ ਨੂੰ ਮਿਲਿਆ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਮੂਰੇ ਤਰਕ ਦੇ ਆਧਾਰ ਤੇ ਸਵਾਲ ਰੱਖੇ ਹੋਣ ਪਰ ਉਹ ਸਵਾਲ ਹੁਣ ਫਿਰ ਤੋਂ ਆਪ ਕਿਉਂ ਸਵਾਲਾਂ ਦੇ ਘੇਰੇ ਵਿੱਚ ਬਣਦੇ ਜਾ ਰਹੇ ਨੇ ਰਾਹੁਲ ਗਾਂਧੀ ਕਿਉਂਕਿ ਉਹਨਾਂ ਦੇ ਮੰਨਿਆ ਜਾ ਰਿਹਾ ਕੁਝ ਕੁ ਸਲਾਹਕਾਰ ਇਸ ਤਰ੍ਹਾਂ ਦੇ ਹੋ ਸਕਦੇ ਨੇ ਜਿਹੜੇ ਸਕ੍ਰਿਪਟ ਪਰਦੇ ਦੇ ਪਿੱਛੇ ਤਿਆਰ ਕਰਦੇ ਨੇ ਪਰ ਉਹਦਾ ਪ੍ਰਭਾਵ ਸਿੱਧੇ ਤੌਰ ਤੇ ਪੈ ਰਿਹਾ ਚਰਚਾ ਇਹ ਵੀ ਹੈ ਕਿ ਸਿੱਖਾਂ ਦੇ ਬਹੁਤ ਲਾਗੇ ਹੋਣਾ ਚਾਹੁੰਦੀ ਹੈ ਕਾਂਗਰਸ ਇਹ ਦੋਸ਼ ਲਗਾਇਆ ਦੂਸਰੇ ਪਾਸੇ ਜਿਹੜੀ ਉਹਨਾਂ ਦੀ ਇੱਕ ਤਸਵੀਰ ਅਮਰੀਕਾ ਦੇ ਵਿੱਚ ਵਾਇਰਲ ਹੋ ਰਹੀ ਹੈ ਉੱਥੋਂ ਦੇ ਇੱਕ ਲੀਡਰ ਦੇ ਨਾਲ ਹੁਣ ਉਹ ਮੰਨਿਆ ਜਾ ਰਿਹਾ ਕਿ ਭਾਰਤ ਦੇ ਖਿਲਾਫ ਆ ਲੀਡਰ ਪਰ ਰਾਹੁਲ ਗਾਂਧੀ ਦਾ ਇਹਦੇ ਵਿੱਚ ਕੀ ਦੋਸ਼ ਹੈ ਕਹਿਣ ਵਾਲੇ ਕਹਿੰਦੇ ਮਾਹਰ ਕਹਿੰਦੇ ਪਏ ਕਿ ਰਾਹੁਲ ਗਾਂਧੀ ਨੇ ਹੋੜੀ ਕਿਸੇ ਨੂੰ ਸੱਦਾ ਭੇਜਿਆ ਉਹ ਆਪ ਮਿਲ ਲਾਇਆ ਪਰ ਉਹਦਾ ਵਿਰੋਧ ਭਾਰਤ ਵਿੱਚ ਹੋ ਰਿਹਾ ਅਮਿਤ ਸ਼ਾਹ ਸਾਹਿਬ ਕਹਿੰਦੇ ਆ ਕਿ ਰਾਹੁਲ ਗਾਂਧੀ ਤਾਂ ਕਈ ਵਾਰ ਵਿਦੇਸ਼ੀ ਤਾਕਤਾਂ ਦੇ ਨਾਲ ਖੜਦੇ ਨਜ਼ਰ ਆਇਆ ਹੈ ਚਲੋ ਆਏ ਵੀ ਹੋਣਗੇ ਪਰ ਸਵਾਲ ਇਹ ਹੈ ਕਿ ਇਸ ਵੇਲੇ ਜਿਹੜਾ ਉਹਨਾਂ ਨੇ ਸਿੱਖ ਭਾਈਚਾਰੇ ਨੂੰ ਲੈ ਕੇ ਬਿਆਨ ਦਿੱਤਾ ਕੋਈ ਕਹਿੰਦਾ ਸਿੱਖਾਂ ਦੇ ਲਾਕੇ ਹੋਣਾ ਚਾਹੁੰਦੇ ਪਰ ਉੱਥੇ ਸਿੱਖ ਜਥੇਬੰਦੀਆਂ ਇਹਦਾ ਵਿਰੋਧ ਕਰ ਰਹੀਆਂ ਨੇ ਅੱਜ ਵੀ ਲੁਧਿਆਣੇ ਵਾਲੇ ਪਾਸੋਂ ਇੱਕ ਬਿਆਨ ਆਇਆ ਹਾਲਾਂਕਿ ਇਸ ਤਰ੍ਹਾਂ ਦੇ ਬਿਆਨ ਨਾ ਹੋਣ ਤਾਂ ਚੰਗਾ ਉਹ ਕਹਿੰਦੇ ਜਿੱਦਾਂ ਤੁਹਾਡੇ ਪਰਿਵਾਰਕ ਮੈਂਬਰਾਂ ਨੇ ਕੀਤਾ ਸੀ ਤੇਰੇ ਨਾਲ ਵੀ ਉਦਾਂ ਹੀ ਕੀਤਾ ਜਾਊਗਾ ਇਹ ਸਿੱਧੇ ਤੌਰ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਭਾਰਤ ਵਿੱਚ ਇਸ ਵੇਲੇ ਅਰਾਜਕਤਾ ਫਲਾਉਣ ਵਾਲੇ ਬਹੁਤ ਲੋਕ ਆ ਧਰਮ ਦੇ ਆਧਾਰ ਤੇ ਲੜਾਉਣ ਵਾਲੇ ਬਹੁਤ ਹੈ ਰਾਜਨੀਤੀ ਦੇ ਵਿੱਚ आसिफ फुटपावंद दी ਬਹੁਤ ਲੋਕ ਕੋਸ਼ਿਸ਼ ਕਰਨਗੇ ਪਰ ਸੁਧਾਰ ਦੀ ਗੱਲ ਕੋਈ ਇੱਕ ਕਰਨਗੇ ਰਾਹੁਲ ਗਾਂਧੀ ਨੇ ਜੇਕਰ ਬਿਆਨ ਦਿੱਤਾ ਜੇਕਰ ਉਹ ਬਹੁਤ ਸਾਰੇ ਲੋਕਾਂ ਨੂੰ ਠੀਕ ਨਹੀਂ ਲੱਗਾ ਤਾਂ ਰਾਹੁਲ ਗਾਂਧੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਜਾਂ ਤੋੜ ਮੋੜ ਕੇ ਪੇਸ਼ ਕੀਤਾ ਗਿਆ ਤਾਂ ਵੀ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਪਰ ਮਸਲਾ ਇਹ ਹੈ ਕਿ ਰਾਹੁਲ ਗਾਂਧੀ ਇਸ ਤਰ੍ਹਾਂ ਦੇ ਬਿਆਨ ਨਾ ਦੇਣ ਇਹਦੀ ਚਰਚਾ ਵੀ ਚੱਲਦੀ ਪਈ ਹੈ ਲੋਕਤੰਤਰ ਹੈ ਜਿਹੜਾ ਮਰਜੀ ਬੰਦਾ ਜਿਸ ਤਰ੍ਹਾਂ ਦੀ ਮਰਜੀ ਗੱਲ ਕਰ ਸਕਦਾ ਇਹ ਵੀ ਗੱਲ ਹੈਗੀ ਹੈ ਪਰ ਫਿਰ ਵੀ ਸਿਆਸੀ ਤੌਰ ਤੇ ਜੇਕਰ ਪੈਰ ਮਜ਼ਬੂਤ ਕਰਨੇ ਹਨ ਤਾਂ ਫਿਰ ਤੋਲ ਕੇ ਸਭ ਕੁਝ ਬੋਲਣਾ ਚਾਹੀਦਾ ਤਾਂ ਕਿ ਕਿਸੇ ਨੂੰ ਕਿਸੇ ਤਰੀਕੇ ਦਾ ਕੋਈ ਵੀ ਨੁਕਸਾਨ ਹੋਵੇ ਨਾ ਅੱਗੇ ਵੱਧਦੇ ਹਾਂ ਗੱਲ ਕਰਦੇ ਹਾਂ ਟਰੈਵਲ ਏਜੰਟਾਂ ਦੀ ਭਾਰਤ ਵਿੱਚ ਬਹੁਤ ਸਾਰੇ ਨੌਜਵਾਨ ਨੇ ਜਿਹੜਾ ਵਿਦੇਸ਼ ਜਾਣਾ ਚਾਹੁੰਦੇ ਆ ਮੰਨਿਆ ਇਹ ਹੀ ਜਾ ਰਿਹਾ ਹੈ ਕਿ ਚੰਗੀ ਜੀਵਿਕਾ ਦੇ ਲਈ ਉਹ ਵਿਦੇਸ਼ ਜਾ ਰਹੇ ਆ ਆਪਣਾ ਭਵਿੱਖ ਵਧੀਆ ਹੋਵੇ ਪਰਿਵਾਰਕ ਮੈਂਬਰ ਚਾਹੁੰਦੇ ਨੇ ਕਿ ਬੱਚੇ ਸੇਫ ਰਹਿਣ ਉਹ ਚਾਹੁੰਦੇ ਨੇ ਕਿ ਬੱਚੇ ਆਰਥਿਕ ਤੌਰ ਤੇ ਮਜ਼ਬੂਤ ਹੋਣ ਉਹ ਚਾਹੁੰਦੇ ਨੇ ਕਿ ਆਪਣੇ ਸੁਪਨੇ ਪੂਰੇ ਕਰਨ ਪੰਜਾਬ ਵੀ ਖਾਲੀ ਹੁੰਦਾ ਯਾਰ ਚਿੰਤਾ ਦਾ ਵਿਸ਼ਾ ਇਹ ਵੀ ਹੈ ਪੰਜਾਬ ਦੇ ਨਾਮ ਨਾਲ ਦੂਜੇ ਸੂਬੇ ਉੱਤਰ ਪ੍ਰਦੇਸ਼ ਵਿੱਚ ਵੀ ਵੱਡੀ ਗਿਣਤੀ 'ਚ ਨੌਜਵਾਨ ਬਾਹਰ ਜਾ ਰਹੇ ਹੈ ਹਰਿਆਣਾ ਦੇ ਵਿੱਚ ਵੀ ਪਾਸਪੋਰਟ ਲਗਾਤਾਰ ਬਣ ਰਹੇ ਹੈ ਪਾਸਪੋਰਟ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜੇਕਰ 50 ਲੱਖ ਘਰ ਤੇ 55 ਲੱਖ ਪਾਸਪੋਰਟ ਇਸ ਵੇਲੇ ਬਣਿਆ ਹੋਇਆ ਹੈ ਹਰ ਸਾਲ ਵਿਦੇਸ਼ ਜਾਣ ਵਾਲੇ ਦੀ ਗਿਣਤੀ 'ਚ ਵਾਧਾ ਹੁੰਦਾ ਜਾ ਰਿਹਾ ਜਿਹੜੇ ਮੁਲਕ ਜਾ ਰਹੇ ਨੇ ਉੱਥੋਂ ਦੇ ਮੁਲਕ ਵਿੱਚ ਨਿਯਮ ਸਖਤ ਕੀਤੇ ਜਾ ਰਹੇ ਹੈ ਇੱਕ ਨਵੀਂ ਸਮੱਸਿਆ ਖੜੀ ਹੋ ਗਈ ਹੈ ਕੈਨੇਡਾ ਨੇ ਜਿਹੜੇ ਮਿਸ਼ਰਤਨੀ ਨਿਯਮ ਬਦਲੇ ਹੈ ਉਹਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਆ ਉਥੋਂ ਦੀ ਸਰਕਾਰ ਦੀ ਮੁਸ਼ਕਲ ਵੱਧਦੀ ਜਾ ਰਹੀ ਹੈ ਜਦੋਂ ਦਾ ਜਗਮੀਤ ਸਿੰਘ ਹਰ ਨੇ ਪੈਰ ਪਿੱਛੇ ਵੱਲ ਖਿੱਚੇ ਆ ਉਹ ਲਿਬਰਲ ਪਾਰਟੀ ਲਈ ਵੀ ਸਿਤੀ ਔਖੀ ਜੀ ਬਣ ਗਈ ਹੈ ਪਰ ਮਸਲਾ ਇਹ ਹੈ ਕਿ ਹਰ ਇੱਕ ਦੇਸ਼ ਆਪਣੇ ਜੋ ਵੀ ਉਹਦੇ ਕੋਲ ਸੋਰਸ ਹੈ ਉਹਦੇ ਆਧਾਰ ਤੇ ਕਾਨੂੰਨ ਬਣਾਉਂਦਾ ਕਾਨੂੰਨਾਂ ਵਿੱਚ ਜਿਹੜੇ ਬਦਲਾਅ ਕੀਤੇ ਜਾ ਰਹੇ ਨੇ ਨਿਯਮਾਂ ਵਿੱਚ ਬਦਲਾਅ ਕੀਤੇ ਜਾ ਰਹੇ ਨੇ ਲੱਗਦਾ ਪਿਆ ਕਿ ਇਹ ਸਮੱਸਿਆ ਦਾ ਕਾਰਨ ਉਸ ਦੇਸ਼ ਲਈ ਵੀ ਬਣ ਸਕਦਾ ਤੇ ਭਾਰਤ ਦੇ ਕੁਝ ਕਿ ਨੌਜਵਾਨਾਂ ਲਈ ਵੀ ਬਣ ਸਕਦਾ ਗੱਲ ਟਰੈਵਲ ਏਜੰਟਾਂ ਦੀ ਵੀ ਕਰਨੀ ਹੈ ਕਿਉਂਕਿ ਟਰੈਵਲ ਏਜੰਟਸ ਵੇਲੇ ਬਹੁਤ ਨੇ ਕਈ ਚੰਗੇ ਵੀ ਆ ਘਟ ਦੇਖਣ ਨੂੰ ਮਿਲਦੇ ਆ ਪਰ ਵੱਡੀ ਗਿਣਤੀ 'ਚ ਉਹ ਵੀ ਜਿਹੜੇ ਠੱਗਣ ਤੇ ਲੱਗੇ ਹੋਏ ਨੇ ਪੰਜਾਬ ਪੁਲਿਸ ਨੇ ਇਸ ਤਰ੍ਹਾਂ ਦੀਆਂ ਇਸ ਵੇਲੇ 25 ਟਰੈਵਲ ਏਜੰਟ ਨੇ ਜਿਨ੍ਹਾਂ ਦੇ ਖਿਲਾਫ ਕੇਸ ਕੀਤਾ ਹੈ ਏਜੰਸੀਆਂ ਵੀ ਜਿਨ੍ਹਾਂ ਦੇ ਖਿਲਾਫ ਕੇਸ ਕੀਤਾ ਹੈ ਕਰਨੇ ਵੀ ਚਾਹੀਦੇ ਆ 550 ਤੋਂ ਵੱਧ ਪਹਿਲਾਂ ਵੀ ਜਲੰਧਰ ਦੇ ਵਿੱਚ ਟਰੈਵਲ ਏਜੰਸੀਆਂ ਸੀ ਜਿਨ੍ਹਾਂ ਤੇ ਕੇਸ ਦਰਜ ਕੀਤੇ ਗਏ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰਦੇ ਆ ਨੌਜਵਾਨਾਂ ਨੂੰ ਪਰਮਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਇਨਾਂ ਦੇ ਵਿੱਚੋਂ ਅੱਧੇ ਉਹ ਆ ਜਿਹੜੇ ਕਹਿੰਦੇ ਜੀ ਘੱਟ ਪੈਸਿਆਂ ਦੇ ਵਿੱਚ ਸਿਰਫ ਵਿਦੇਸ਼ ਜਾਓ ਤੁਸੀਂ ਘੱਟ ਪੈਸਿਆਂ ਵਿੱਚ ਚਲੋ ਅਮਰੀਕਾ ਆਇਲਸ ਇੰਨੇ ਕ ਬੈਂਡ ਚਾਹੀਦੇ ਆ ਚਲੋ ਕੈਨੇਡਾ ਚਲੋ ਇੰਗਲੈਂਡ ਕਈ ਰਿਫਿਊਜ਼ ਨਾਲ ਲੱਗਣ ਹੁੰਦੇ باوجود ਵੀ ਚਲੋ ਬਾਹਰ ਇਹ ਇਸ ਤਰ੍ਹਾਂ ਦੇ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਦੇ ਕੇ ਨਾ ਉਹਨਾਂ ਨੂੰ ਪਰਮਾਇਆ ਜਾਂਦਾ ਹੈ ਇੱਥੇ ਇਹ ਗੱਲ ਕਰਨੀ ਹੋਰ ਬਣਦੀ ਹੈ ਜਿਹੜੀ ਵੀ ਚੀਜ਼ ਦੀ ਜਾਣਕਾਰੀ ਚਾਹੀਦੀ ਸੀ ਸੋਸ਼ਲ ਮੀਡੀਆ ਤੋਂ ਲੱਭਦੇ ਆ ਜੇਕਰ ਕੋਈ ਬੰਦਾ ਬਿਮਾਰ ਹੈ ਉਹਨੂੰ ਉਸ ਤਰ੍ਹਾਂ ਦੀ ਬਿਮਾਰੀ ਉਹ ਸੋਸ਼ਲ ਮੀਡੀਆ ਤੇ ਸਰਚ ਕਰਦਾ ਕਿ ਡਾਕਟਰ ਕਿਹੜਾ ਵਧੀਆ ਹੈ ਹਾਲਾਂਕਿ ਜ਼ਰੂਰੀ ਨਹੀਂ ਕਿ ਸੋਸ਼ਲ ਮੀਡੀਆ ਤੇ ਸਰਚ ਹੋਣ ਵਾਲਾ ਡਾਕਟਰ ਹੀ ਵਧੀਆ ਹੋਵੇ ਕਦੀ ਕਦੀ ਜਿਹੜੇ ਚੰਗੇ ਡਾਕਟਰ ਆ ਉਹਨਾਂ ਕੋਈ ਨਾ ਵੇਲ ਨਹੀਂਗਾ ਮਰੀਜ਼ਾਂ ਤੋਂ ਦੇਖਣ ਤੋਂ ਵੀ ਨਾ ਉਹ ਆਉਂਦੇ ਨਹੀਂ ਸੋਸ਼ਲ ਮੀਡੀਆ ਤੇ ਲੋਕ ਦੱਸਦੇ ਆ ਕਿ ਫਲਾਣੇ ਡਾਕਟਰ ਕੋ ਜਾਓ ਭਾਈ ਉਹ ਵਧੀਆ ਤੇ ਜਿਹੜੀ ਆਪਣੀ ਮਸ਼ਹੂਰੀ ਕਰਕੇ ਅੱਗੇ ਵੱਲ ਵਧਣ ਤੇ ਲੱਗੇ ਹੋਏ ਨੇ ਕੁਝਕ ਹੈਗੇ ਇਸ ਤਰ੍ਹਾਂ ਦੇ ਉਹ ਮਸ਼ਹੂਰੀ ਕਰ ਕਰਕੇ ਬਸ ਅੱਗੇ ਵੱਲ ਵਧਣ ਲੱਗੇ ਹੋਏ ਨੇ ਤੇ ਲੋਕ ਉਹਨਾਂ ਤੱਕ ਜਾਂਦੇ ਆ ਤੇ ਬਾਅਦ ਜਦਵੇ ਦਵਾਈ ਲੈ ਕੇ ਜਦੋਂ ਸਰੀਰ ਤੌਰ ਤੇ ਕਹਿੰਗੇ ਆਰਾਮ ਨਹੀਂ ਆਇਆ ਅਗਲੇ ਕਹਿੰਗੇ ਤੁਸੀਂ ਪਰਹੇਜ਼ ਨਹੀਂ ਕੀਤਾ ਹੋਣਾ ਇਸ ਕਰਕੇ ਸੋਸ਼ਲ ਮੀਡੀਆ ਤੇ ਪੈਸੇ ਖਰਚ ਕੇ ਮਸ਼ਹੂਰੀ ਦੇ ਕੇ ਬਹੁਤ ਸਾਰੇ ਟਰੈਵਲ ਏਜੰਟ ਵੀ ਤੁਹਾਡੇ ਤੱਕ ਪਹੁੰਚ ਕਰਦੇ ਆ। ਬੀਜੇ ਲੱਗੇ ਹੋਣਗੇ ਸ਼ਾਇਦ ਹਜ਼ਾਰ ਦੇ ਵਿੱਚੋਂ 2 ਤੇ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਹੁੰਦਾ ਹੈ। ਲੋਕ ਕਹਿੰਗੇ ਨਹੀਂ ਜੀ ਗੱਲ ਹੀ ਇੱਥੇ ਬਣਨੀ ਆ। ਬੰਦੇ ਇਹ ਹੱਦ ਤੱਕ ਰੋਣਾ ਹੀ ਕੰਮ ਇੱਥੋਂ ਆ ਹੋਰ ਕਿਤੇ ਜਾਣਾ ਹੀ ਨਹੀਂ। ਉਹ ਚੁੰਗਲ ਦੇ ਵਿੱਚ ਫਸ ਜਾਂਦੇ ਆ। ਹੁਣ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇਹਨਾਂ ਨੇ ਸੋਸ਼ਲ ਮੀਡੀਆ ਤੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਨੌਕਰੀ ਲਈ ਵਰਗ ਲਾਇਆ। ਉਹਨਾਂ ਨੂੰ ਕਿਹਾ ਕਿ ਅਸੀਂ ਤੁਹਾਨੂੰ ਨੌਕਰੀਆਂ ਵਧੀਆ ਦਵਾਵਾਂਗੇ 20 ਇਸ ਤਰ੍ਹਾਂ ਦੇ ਟਰੈਵਲ ਏਜੰਟ ਸੀਗੇ ਜਿਹੜੇ ਸਾਹਮਣੇ ਆਏ ਐ ਤੇ 25 ਜਣੇ ਦੇ ਖਿਲਾਫ ਕੇਸ ਕੀਤਾ ਅਸੀਂ ਫਿਰ ਕਹਿੰਦੇ ਆ ਕਿ 550 ਤੋਂ ਬਾਅਦ ਪਹਿਲਾ ਏਜੰਸੀਆਂ ਸੀ ਜਿਨ੍ਹਾਂ ਤੇ ਕੇਸ ਕੀਤਾ ਹੁਣ ਵੀ 25 ਟਰੈਵਲ ਏਜੰਟ ਫਸੇ ਐ ਜੇਕਰ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇ ਨਾ ਇਹ 25 ਦੇ ਪਿੱਛੇ ਇੱਕ ਜ਼ੀਰੋ ਹੋਰ ਲਾ ਸਕਦੇ ਆ ਤੇ ਇਹ 100 ਦੇ ਪਿੱਛੇ ਇੱਕ ਜ਼ੀਰੋ ਹੋਰ ਲਾ ਸਕਦੇ ਆ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ 'ਚ ਇਹ ਵਪਾਰ ਚੱਲਦਾ ਪਿਆ 62ਆਂ ਤੇ ਅਸੀਂ ਜ਼ਿਕਰ ਕੀਤਾ ਸੀ ਇੱਕ ਤਨ ਕਿ 62ਆਂ ਤੇ ਇਹ ਨਹੀਂ ਦੇਖਣ ਨੂੰ ਮਿਲਦਾ ਜਲੰਧਰ ਤੋਂ ਪਠਾਨਕੋਟ ਜਲੰਧਰ ਤੋਂ ਬਠਿੰਡਾ ਜਲੰਧਰ ਤੋਂ ਮੁਕਸਰ ਜਲੰਧਰ ਤੋਂ ਲੁਧਿਆਣਾ ਉੱਥੇ ਲਿਖਿਆ ਹੁੰਦਾ ਸਿੱਧਾ ਸਟੱਡੀ ਟੂ ਕੈਨੇਡਾ ਸਟੱਡੀ ਟੂ ਇੰਗਲੈਂਡ ਐਦਾਂ ਦੇ ਇਸ਼ਤਿਹਾਰ ਜੇਕਰ ਵਕ ਵਕ ਬੱਸ ਸਟੈਂਡ ਦੇ ਦੇਖਣ ਨੂੰ ਮਿਲਦੇ ਸੀਗੇ ਚਲੋ ਅੱਜ ਕੱਲ ਤਾਂ ਕੰਮ ਹੋ ਸਕਦਾ ਥੋੜਾ ਘਟਿਆ ਹੋਵੇ ਕਿਉਂਕਿ ਹਰ ਕਿਸੇ ਨੇ ਆਪਣੀ ਮਸ਼ਹੂਰੀ ਕਰਨੀ ਤੇ ਇਸ ਵਾਰ ਤਾਂ ਹੋਰ ਹੀ ਕਈ ਤਰ੍ਹਾਂ ਦੀਆਂ ਮਸ਼ਹੂਰੀਆਂ ਚੱਲਦੀਆਂ ਪਈਆਂ ਨੇ ਪਰ ਸਵਾਲ ਇਹ ਹੈ ਕਿ ਇਨ੍ਹਾਂ ਏਜੰਟਾਂ ਦੇ ਖਿਲਾਫ ਕਾਰਵਾਈ ਕਰਨੀ ਬਣਦੀ ਹੈ ਕੁਸ਼ਕ ਕੀਤੀ ਹੈ ਚੰਗੀ ਗੱਲ ਹੈ ਸ਼ੁਰੂਆਤ ਹੋਈ ਹੈ ਆਉਂਦੇ ਸਮੇਂ ਚ ਹੋ ਸਕਦਾ ਇਹ ਕਾਰਵਾਈ ਹੋਰ ਤੇਜ਼ ਹੋਵੇ ਪਰ ਇਹਨਾਂ ਜ਼ਰੂਰ ਹੈ ਕਾਰਵਾਈ ਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਗੇ ਵਧਦੇ ਹਾਂ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ ਆਸਟ੍ਰੇਲੀਆ ਦੀ ਸਰਕਾਰ ਇੱਕ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ ਵਿਰੋਧੀ ਧਿਰ ਨਾਲ ਹੈ ਮੰਨਿਆ ਜਾ ਰਿਹਾ ਹੈ ਕਿ ਜੇਕਰ ਇਹ ਕਾਨੂੰਨ ਲਾਗੂ ਹੁੰਦਾ ਤੇ ਆਸਟ੍ਰੇਲੀਆ ਪਹਿਲਾ ਮੁਲਕ ਹੋਵੇਗਾ ਇਸ ਨਿਯਮ ਨੂੰ ਲਾਗੂ ਕਰਨ ਵਾਲਾ ਹੁਣ ਕਾਨੂੰਨ ਕੀ ਹੈ ਦਰਸਲ ਸੋਸ਼ਲ ਮੀਡੀਆ ਬਹੁਤ ਸਾਰੇ ਲੋਕ ਵਰਤਦੇ ਆ ਅੱਜ ਵੀ ਕੋਈ ਵੀ ਚੀਜ਼ ਸਰਚ ਕਰਨੀ ਆ ਤਾਂ ਸੋਸ਼ਲ ਮੀਡੀਆ ਤੇ ਲੱਭਿਆ ਜਾਂਦਾ ਹੈ ਹਰ ਚੀਜ਼ ਚਾਹੇ ਕੋਈ ਦਵਾਈ ਖਾਣੀ ਹੋਵੇ ਕਿੱਦਾਂ ਖਾਣੀ ਹੋਵੇ ਇਹਦੇ ਵਿੱਚ ਕਿਹੜਾ ਮਤਲਬ ਕਿੰਨੀ ਕਿ ਕਿਸ ਚੀਜ਼ ਦੀ ਮਾਤਰਾ ਉਹ ਸਾਰਾ ਕੁਝ ਸੋਸ਼ਲ ਮੀਡੀਆ ਤੇ ਸਰਚ ਕੀਤਾ ਜਾਂਦਾ ਜੇ ਕੋਈ ਸਾਨੂੰ ਲੱਭਦਾ ਨਹੀਂ ਪਿਆ ਇੰਟਰਨੈਟ ਤੇ ਬੈਂਕ ਨਾਲ ਸੰਬੰਧਿਤ ਸਾਰਾ ਕੁਝ ਸੋਸ਼ਲ ਮੀਡੀਆ ਤੇ ਹੀ ਲੱਭਿਆ ਜਾਂਦਾ ਹੈ ਬੱਚੇ ਵੀ ਇਹਦਾ ਸ਼ਿਕਾਰ ਹੋ ਰਹੇ ਨੇ ਵੈਸੇ ਤਾਂ ਅੱਜ ਦੇ ਸਮੇਂ ਦੇਖਿਆ ਜਾਵੇ ਛੋਟੇ ਛੋਟੇ ਬੱਚਿਆਂ ਦੀਆਂ ਵੀਡੀਓ ਪਾ ਕੇ ਐਦਾਂ ਦੇ ਕੰਮ ਉਹਨਾਂ ਤੋਂ ਕਰਾਏ ਜਾਂਦੇ ਜਿਹੜੇ ਵਿਊ ਖੱਟਣ ਲਈ ਸਿਰਫ ਉਹ ਕੰਮ ਕੀਤੇ ਜਾਂਦੇ ਇੱਕ ਤਾਂ ਹੁੰਦਾ ਕਿ ਬੱਚੇ ਤੁਸੀਂ ਫੋਟੋ ਪਾ ਦਿਓ ਵੀਡੀਓ ਪਾ ਦਿਓ ਲਾੜਲਾ ਲੱਗਦਾ ਦੇਖਣ ਨੂੰ ਚੰਗਾ ਲੱਗਦਾ ਪਰ ਜਦੋਂ ਤੁਸੀਂ ਵਾਕ ਵਾਕ ਕਿਸੇ ਨੂੰ ਮਤਲਬ ਕਿ ਉਹ ਲਫਾਫੇ ਦੇ ਵਿੱਚ ਟੰਕਿਆ ਹੁੰਦਾ ਕਦੀ ਕਿਸੇ ਨੂੰ ਸਾਈਕਲ ਜਾਂ ਮੋਟਰਸਾਈਕਲ ਦੇ ਪਿੱਛੇ ਬਿਠਾਇਆ ਹੁੰਦਾ ਛੋਟੇ ਬੱਚੇ ਆ ਡਰਦੇ ਆ ਉਹਨਾਂ ਨੇ ਬੋਲਣਾ ਹੋਣੀ ਦੱਸਣਾ ਹੋੜੀ ਐ ਪਰ ਵਿਊ ਖੱਟਣ ਲਈ ਦੁਨੀਆ ਬਹੁਤ ਕੁਝ ਕਰਦੀ ਪਈ ਐ ਬਹੁਤ ਕੁਝ ਚੱਲਦਾ ਪਿਆ ਸੋਸ਼ਲ ਮੀਡੀਆ ਤੇ ਪਰ ਆਸਟ੍ਰੇਲੀਆ ਜਿਹੜਾ ਕਾਨੂੰਨ ਲਿਆਉਣ ਦੀ ਤਿਆਰੀ ਕਰ ਰਿਹਾ ਉਹਦੇ ਵਿੱਚ ਕੀ ਐ ਉਹ ਕਹਿੰਦੇ ਕਿ ਬੱਚਾ ਜਿਹੜਾ ਨਾ ਦਿਮਾਗੀ ਤੌਰ ਤੇ ਵਧੇ ਸਰੀਰਕ ਤੌਰ ਤੇ ਫੁੱਲੇ ਉਹਦਾ ਵਿਕਾਸ ਸਹੀ ਹੋਵੇ ਕਿਸੇ ਤਰੀਕੇ ਦਾ ਉੱਤੇ ਮਾੜਾ ਪ੍ਰਭਾਵ ਨਾ ਪਵੇ ਇਸ ਕਰਕੇ 16 ਸਾਲ ਦੀ ਉਮਰ ਤੱਕ ਬੱਚਿਆਂ ਤੇ ਬੈਨ ਲਗਾਉਣਾ ਸੀ ਸੋਸ਼ਲ ਮੀਡੀਆ ਵਰਤਨ ਤੇ ਕੁਝ ਲੋਕ ਨੇ ਜਿਹੜੇ ਇਹਨੂੰ ਚੰਗੀ ਨਜ਼ਰ ਨਾਲ ਦੇਖ ਰਹੇ ਆ ਕੁਝ ਕੁ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਕੌਣ ਹੁੰਦੇ ਰੋਕਣ ਵਾਲੇ ਦੇਖੋ ਇਹਦੇ ਵਿੱਚ ਇਹ ਜੇ ਫੈਸਲਾ ਸਰਕਾਰਾਂ ਲੈਣ ਲੱਗਿਆਂ ਤੇ ਇਹ ਚ ਮਾੜਾ ਵੀ ਕੁਝ ਨਹੀਂਗਾ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਵੀ ਨਾ ਦੇਖਣ ਨੂੰ ਮਿਲਦਾ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਜਾਂ ਨਹੀਂ ਇਹ ਜਰੂਰ ਦੱਸਿਓ ਕਮੈਂਟ ਕਰਕੇ ਦੱਸਿਓ ਅੱਜ ਛੋਟਾ ਬੱਚਾ ਜੇ 1 ਜਾਂ 1.5 ਸਾਲ ਦਾ ਕੋਈ ਰੋਂਦਾ ਆ ਮਾਪਿਆਂ ਨੂੰ ਚੁੱਪ ਕਰਾਉਣ ਲਈ ਪਹਿਲਾਂ ਤਾਂ ਵੱਖਰੇ ਵੱਖਰੇ ਤਰੀਕੇ ਸੀ ਨਾ ਕੋਈ ਲੋਰੀਆਂ ਦਿੰਦਾ ਸੀ ਕੋਈ ਘਮਾਉਣ ਲਾ ਪਿੰਦਾ ਅੱਜ ਕੱਲ ਫੋਨ ਫੜਾਉਂਦੇ ਆ ਕਿ ਚੁੱਪ ਕਰਕੇ ਬੈਠਾ ਰ ਟਿਊਸ਼ਨ ਵੀ ਜਾਊਗਾ ਨਾ ਜਦ ਜਦ ਕਰੂਗਾ ਉਹਨੂੰ ਫੋਨ ਦੇ ਦੇਣਾ ਹੈਗੇ ਕੇਸ ਇਦਾਂ ਦੇ ਦੇਖਣ ਨੂੰ ਮਿਲਦੇ ਆ ਬੱਚੇ ਇਦਾਂ ਦੇਖਣ ਨੂੰ ਮਿਲਦੇ ਆ ਘਰ ਆਉਣਾ ਬੱਚਾ ਹਿਲਜੁਲਣਾ ਕਰੇ ਸ਼ਰਾਰਤਾਂ ਨਾ ਕਰੇ ਫੋਨ ਤੇ ਕਾਰਟੂਨ ਲਾ ਕੇ ਬਿਠਾ ਦਿਓ ਕੰਮ ਹੀ ਖਤਮ ਹੋ ਗਿਆ ਇਹ ਜਿਹੜਾ ਬੱਚਿਆਂ ਤੇ ਮਾਨਸਿਕ ਤੇ ਉੱਪਰ ਪ੍ਰਭਾਵ ਪੈ ਰਿਹਾ ਅੱਖਾਂ ਤੇ ਪ੍ਰਭਾਵ ਪੈ ਰਿਹਾ ਮੰਨੇ ਚਾਹੇ ਕੋਈ ਨਾ ਮੰਨੇ ਕਰੋਨਾ ਕਾਲ ਦੇ ਦੌਰਾਨ ਬਹੁਤ ਸਾਰੇ ਬੱਚੇ ਸੀ ਜਿਨ੍ਹਾਂ ਨੇ ਫੋਨ ਦੇ ਉੱਪਰ ਗੇਮਾਂ ਤੇਜ਼ੀ ਨਾਲ ਖੇਡੀਆਂ ਡਾਊਨਲੋਡ ਕੀਤੀਆਂ ਔਰ ਸੁਣ ਦੇਖਣ ਚ ਕੀ ਐਸੀ ਰਿਪੋਰਟਾਂ ਕੀ ਕਹਿੰਦੀਆਂ ਸੀਗੀਆਂ ਬੱਚਿਆਂ ਦੇ ਗੋਠੇ ਕਮਜ਼ੋਰ ਹੋ ਚੁੱਕੇ ਨੇ ਉਂਗਲਾਂ ਤੋਂ ਲੈ ਕੇ ਕੌਣੀਆਂ ਤੱਕ ਬੱਚਿਆਂ ਦੇ ਹੱਥ ਕਮਜ਼ੋਰ ਹੋ ਚੁੱਕੇ ਨੇ ਜਿਹੜੀ ਲੇਖਣ ਦੀ ਕਲਾ ਉਹਨਾਂ ਦੀ ਅੱਖਰਾਂ ਦੀ ਬਨਾਵਟ ਹੈ ਉਹ ਹੁੰਦੀ ਨਹੀਂ ਪਈ ਇਹ ਕਰੋਨਾ ਕਾਲ ਦੇ ਦੌਰਾਨ થી ਇਹ ਹੁਣ ਵੀ ਚੱਲਦਾ ਪਿਆ ਆਸਟ੍ਰੇਲੀਆ ਜੇਕਰ ਇਹ ਫੈਸਲਾ ਲੈਣ ਲੱਗਿਆ ਤੇ ਬਹੁਤ ਸਾਰੇ ਲੋਕ ਉੱਥੋਂ ਦੀ ਵਿਰੋਧੀ ਧਿਰ ਉੱਥੋਂ ਦੀ ਸਰਕਾਰ ਉੱਥੋਂ ਦੇ ਪ੍ਰਧਾਨ ਮੰਤਰੀ ਐਂਟਨੀ ਅਲਬਨੀਜ਼ ਉਹ ਵੀ ਕਹਿੰਦੇ ਨੇ ਕਿ ਅਸੀਂ ਬਹੁਤ ਜਲਦੀ ਇਹ ਨਿਯਮ ਲਾਗੂ ਕਰਦੇ ਹਾਂ ਦੇਖਦੇ ਹਾਂ ਹੁੰਦਾ ਜਾਂ ਨਹੀਂ ਹੁੰਦਾ ਕਿਉਂਕਿ ਬੱਚਿਆਂ ਦੀ ਸਿਹਤ ਦਾ ਖਿਆਲ ਹੈ ਬੱਚਿਆਂ ਦੀ ਮਾਨਸਿਕਤਾ ਦਾ ਖਿਆਲ ਹੈ ਉਦੇਸ਼ ਜੇਕਰ ਕਹਿੰਦਾ ਪਿਆ ਬੱਚਿਆਂ ਤੇ ਗਲਤ ਪ੍ਰਭਾਵ ਨਹੀਂ ਪੈਣਾ ਚਾਹੀਦਾ ਤਾਂ ਫਿਰ ਫੈਸਲਾ ਮੰਨਿਆ ਜਾ ਸਕਦਾ ਹੈ ਕਿ ਆਸਟ੍ਰੇਲੀਆ ਪਹਿਲਾ ਦੇਸ਼ ਹੋਵੇਗਾ ਜਿਹੜਾ ਇਹ ਲਾਗੂ ਕਰੇਗਾ ਤੁਸੀਂ ਆਪਣੇ ਵਿਚਾਰ ਜੁਰ ਦੱਸਿਓ ਇੱਥੇ ਤੁਹਾਨੂੰ ਕੀ ਲੱਗਦਾ ਪਿਆ ਕਿ ਸੋਸ਼ਲ ਮੀਡੀਆ ਤੇ ਜਿਹੜੇ ਬੱਚੇ ਅੱਜ ਜਿਨ੍ਹਾਂ ਨੂੰ ਲਾਇਆ ਜਾਂਦਾ ਨਹੀਂ ਜੀ ਪੁੱਤ ਕੋਈ ਨਾ ਕਾਰਟੂਨ ਦੇਖ ਲੈ ਆ ਲੈ ਫੜ ਵੀਡੀਓ ਦੇਖ ਲੈ ਉਹ ਵੀ ਰੀਲਾਂ ਦੀ ਰੀਲ ਬਣਾਉਣ ਲੱਗੇ ਹੋਏ ਆ ਇਹ ਹੈ ਤਾਂ ਨੁਕਸਾਨ ਵਾਲੀ ਗ ਜਾਂਦੇ ਜਾਂਦੇ ਗੱਲ ਚੰਡੀਗੜ੍ਹ ਦੀ ਕਰਨੀ ਹੈ ਸੈਕਟਰ 10 ਦੇ ਵਿੱਚ ਇੱਕ ਘਰ ਤੇ ਗਰਨੇਡ ਦੇ ਨਾਲ ਹਮਲਾ ਕੀਤਾ ਗਿਆ ਪੁਲਿਸ ਪਹੁੰਚੀ ਮੌਕੇ ਤੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚੇ ਜਾਂਚ ਕੀਤੀ ਜਾ ਰਹੀ ਹੈ ਸਾਹਮਣੇ ਆਈਆਂ ਕੁਝ ਤਸਵੀਰਾਂ ਦੋ ਨੌਜਵਾਨ ਆਟੋ ਦੇ ਵਿੱਚ ਆਈ ਸੀ ਉਹਨਾਂ ਨੇ ਗਰਨੇਡ ਸੁੱਟਿਆ ਤੇ ਬਾਅਦ ਵਿੱਚ ਭੱਜ ਗਏ ਅਜੋ ਆਟੋ ਵਾਲਾ ਵੀ ਫੜ ਲਿਆ ਗਿਆ ਦੱਸਿਆ ਜਾ ਰਿਹਾ ਉਹ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਗਲਾ ਬੰਦਾ ਅਜੇ ਤੱਕ ਤੇ ਹੀ ਕਹਿ ਰਿਹਾ ਕਿ ਮੈਨੂੰ ਤਾਂ ਪਈ ਸੈਕਟਰ 43 ਦੇ ਬਾਹਰ ਮੈਂ ਖੜਾ ਸੀਗਾ ਢੇੜਾ ਲਾਉਣ ਦੇ ਲਈ ਤੇ ਦੋ ਨੌਜਵਾਨ ਆਉਂਦੇ ਇੱਕ ਨਿੱਕੇ ਟਪਾਈ ਸੀਗੀ ਉਹ ਆ ਕੇ ਕਹਿੰਦੇ ਇੱਥੇ ਜਾਣਾ ਮੈਂ ਤਾਂ ਕਹਿੰਦਾ ਸਵਾਰੀਆਂ ਨੂੰ ਛੱਡ ਕੇ ਉਹਨਾਂ ਨੂੰ ਉੱਥੇ ਲੈ ਗਿਆ ਪਰ ਜਦੋਂ ਉਹਨਾਂ ਨੇ ਉੱਥੇ ਗਰਨੇਡ ਸੁੱਟਿਆ ਮੈਂ ਕਹਿੰਦਾ ਉੱਥੋਂ ਭੱਜਣ ਲੱਗਾ ਤੇ ਉਹ ਵੀ ਵੇਚੀ ਸੀਗੀ ਰਸਤੇ ਦੇ ਵਿੱਚ ਆਟੋ 'ਚ ਪਤਾ ਨਹੀਂ ਲੱਗਾ ਕਿਹੜੇ ਵੇਲੇ ਛਾਲ ਮਾਰ ਕੇ ਉਹ ਹਾਲਾਂਕਿ ਇਹਦੇ ਵਿੱਚ ਕੋਈ ਤਰਕ ਹੈਗਾ ਜਾਂ ਨਹੀਂਗਾ ਇਹ ਪੁਲਿਸ ਜਾਂਚ ਦਾ ਹਿੱਸਾ ਹੈ। ਉਹ ਬੰਦਾ ਸੱਚ ਬੋਲ ਰਿਹਾ ਏ ਝੂਠ ਬੋਲ ਰਿਹਾ। ਇਹ ਵੀ ਦੂਜੀ ਗੱਲ ਇਹ ਹੈ ਕਿ ਇਹ ਘਟਨਾ ਕਿਉਂ ਵਾਪਰੀ ਹੈ? ਜੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ। ਜੇ ਬਿਲਕੁਲ ਸਹੀ ਹੈ ਕਿਉਂਕਿ ਪੁਲਿਸ ਅਜੇ ਤੱਕ ਇਸ ਮਾਮਲੇ ਤੇ ਕੁਝ ਬੋਲੀ ਨਹੀਂ ਪਰ ਉਹ ਬੰਦੇ ਨੇ ਜ਼ਿੰਮੇਵਾਰੀ ਲਈ ਹੈ। ਉਹ ਕਹਿੰਦਾ ਪਿਆ ਕਿ 1986 ਦੇ ਵਿੱਚ ਨਕੋਦਰ ਚ ਇੱਕ ਗੋਲੀਕਾਂਡ ਹੋਈ ਸੀ। ਉੱਚ ਚ 4 ਨੌਜਵਾਨ ਮਾਰੇ ਗਏ ਸੀ। ਹੁਣ ਉਹ ਜਿਹੜਾ ਗੋਲੀਕਾਂਡ ਸੀਗਾ ਉਹਨਾਂ ਦਾ ਕੋਈ ਕਸੂਰ ਵੀ ਨਹੀਂ ਸੀ। ਉਹਨਾਂ ਨੂੰ ਮਾਰ ਦਿੱਤਾ ਗਿਆ। ਇਹ ਗੱਲ ਕਹੀ ਗਈ ਤੇ ਇਸ ਮਾਮਲੇ ਵਿੱਚ ਇਹ ਪੁਲਿਸ ਅਧਿਕਾਰੀ ਸਾਬਕਾ ਪੁਲਿਸ ਅਧਿਕਾਰੀ ਹੁਣ ਇਹਦਾ ਹੱਥ ਸੀਗਾ ਉਸ ਵੇਲੇ ਉੱਚ ਰੈਂਕ ਤੇ ਸੀ ਇਹਦਾ ਹੱਥ ਸੀ ਇਸ ਕਰਕੇ ਇਹਦੇ ਘਰ ਤੇ ਹਮਲਾ ਕੀਤਾ ਗਿਆ ਅੱਜ ਤੋਂ 6 ਮਹੀਨੇ ਪਹਿਲਾਂ ਵੀ ਕਹਿੰਦੇ ਕੋਸ਼ਿਸ਼ ਕੀਤੀ ਗਈ ਸੀ ਹਮਲਾ ਕਰਨ ਦੀ ਰੇਕੀ ਲੰਬੇ ਸਮੇਂ ਤੋਂ ਚੱਲਦੀ ਪਈ ਹੈ ਹੁਣ ਕਰਦੇ ਕਰਦੇ ਗੱਲ ਸਾਹਮਣੇ ਆਈ ਹੈ ਕਿ ਉਹਨੂੰ ਮਾਰਨ ਦੇ ਲਈ ਹੀ ਇਹ ਗਰਨੇਡ ਨਾਲ ਹਮਲਾ ਕੀਤਾ ਗਿਆ ਪਰਿਵਾਰ ਦੇ ਮੈਂਬਰ ਵੀ ਉਸ ਵੇਲੇ ਦੱਸਿਆ ਜਾ ਰਿਹਾ ਹੈ ਕਿ ਵਾਰਾਂਡੇ ਦੇ ਵਿੱਚ ਬੈਠੇ ਸੀ ਪਰ ਇਹ ਬਚਾ ਹੋ ਗਿਆ ਦੇਖਦੇ ਹਾਂ ਕਿ ਇਸ ਮਾਮਲੇ ਵਿੱਚ ਅੱਗੇ ਕੀ ਖੁਲਾਸੇ ਹੁੰਦੇ ਨੇ ਜਾਂਚ ਹੋਵੇਗੀ ਅੱਗੇ-ਅੱਗੇ ਪਰਤਾਂ ਖੁੱਲਣਗੀਆਂ ਕੋਈ ਕਹਿੰਦਾ ਪਿਆ ਜੀ ਵਿਦੇਸ਼ਾਂ ਦੇ ਵਿੱਚੋਂ ਇਹਦੀ ਜ਼ਿੰਮੇਵਾਰੀ ਲਈ ਜਾ ਰਹੀ ਹੈ ਕੋਈ ਕਹਿ ਰਿਹਾ ਕਿ ਪਾਕਿਸਤਾਨ ਦੇ ਵਿੱਚ ਬੈਠੇ ਨੇ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਲਈ ਹੈ ਪੁਲਿਸ ਨੇ ਅਧਿਕਾਰਿਕ ਤੌਰ ਤੇ ਅਜੇ ਤੱਕ ਸਪਸ਼ਟਿਕਰਨ ਕੋਈ ਨਹੀਂ ਦਿੱਤਾ ਪ੍ਰੈਸ ਕਾਨਫਰੰਸ ਹੋਵੇਗੀ ਉਸ ਤੋਂ ਬਾਅਦ ਦੇਖਦੇ ਕੀ ਨਿਕਲਦਾ ਪਰ ਇਹ ਘਟਨਾ ਮਨਪਾ ਕੀ ਹੈ ਇਸ ਤੋਂ ਪਹਿਲਾਂ ਵੀ ਇੱਕ ਵਾਰ ਮੁਹਾਲੀ ਦੇ ਵਿੱਚ ਗਰਨੇਡ ਦੇ ਨਾਲ ਹਮਲਾ ਹੋਇਆ ਸੀ ਰੌਕਟ ਲਾਂਚ ਨਾ ਹੋਇਆ ਸੀ ਉਸ ਵੇਲੇ ਰੋਲਾ ਉਸ ਵੇਲੇ ਵੀ ਬਹੁਤ ਪਿਆਸੀਗਾ ਪਰ ਇਹ ਘਟਨਾ ਕਿਦੋਂ ਜਾਂਦੀ ਹੈ ਇਹਦੇ ਅਸਲ ਕਾਰਨ ਕੀ ਹੈ ਕਿ ਸੱਚਮੁੱਚ ਜਿਹੜੀ ਸੋਸ਼ਲ ਮੀਡੀਆ ਤੇ ਪੋਸਟ ਵਾਇਰਲ ਹੋ ਰਹੀ ਹੈ ਉਹੀ ਕਾਰਨ ਹੈ ਇਹ ਸਮਝ ਦੱਸੇਗਾ ਪ੍ਰੋਗਰਾਮ ਨੂੰ ਇੱਥੇ ਸਬੰਧਤ ਕਰਦੇ ਆ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਰੀ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ